ਕਬੱਡੀ ਦਾ ਕਦੇ ਸੁਪਨਾ ਵੀ ਨਹੀਂ ਲਿਆ ਸੀ ਮੇਰੇ ਵੀਓ, ਸਭ ਨੂੰ ਕਬੱਡੀ ਦੇਖਿਆ ਬਲ ਭਰਾਵਾਂ ਨੇ, ਪਨਮੈਕ ਗਰੁੱਪ ਦਾ ਸਿੱਧੂ ਹੋਮ ਦਾ ਵੱਡਾ ਰੋਲ ਲਓ। ਅੱਜ ਦੇ ਦਿਨ ਦਾ ਦੂਜਾ ਮੁਕਾਬਲਾ ਪਹਿਲੀ ਕਬੱਡੀ, ਸੱਤੀ ਵੀ ਸਿੱਖ ਖੇਡਾਂ ਦੇ ਬੈਸਟ ਟ੍ਰੇਨਰ ਮੇਰੇ ਵੀਓ ਮੇਸ਼ੀ ਹਰਖੋਵਾਲ ਨੇ ਪਾ ਕੇ ਪਹਿਲਾ ਨੰਬਰ ਜੋੜਿਆ। ਆਓ ਸਾਹਮਣੇ ਹਾਜੀ ਇਸਮਾਇਲ ਦਾ ਪੋਤਾ ਸੰਧੂਆ ਸਹਿਜਾਦ ਅਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਕਹਿੰਦੇ ਸਾਜੀ ਕਬੱਡੀ ਪਾ ਲਿਆ, ਓਏ ਸ਼ੇਰ ਓਏ ਮੁੰਡੇ ਨੂੰ ਪਾ ਲਿਆ, ਸ਼ੇਰ ਓਏ ਮੁੰਡੇ ਨੂੰ ਪਾ ਲਿਆ, ਸ਼ੇਰ ਓਏ ਮੁੰਡੇ ਨੂੰ। ਪਰ ਦੂਜੇ ਪਾਸੇ ਸੋਨੀ ਹੈ ਸਿਹਾਂ ਦਾ ਉਦਵਾਲਾ, ਇੱਕ ਪਾਸੇ ਉੱਡਣਾ ਸੱਪ ਕਬੱਡੀ ਦਾ। ਓ ਬੱਲੇ 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 ਹੋ ਗਈ ਮਿੱਤਰੋ, ਉਹ ਨਹੀਂ ਰੀਸਾ, ਉਹ ਮੁੰਡੇ ਭਿੜ ਗਏ। ਉਹ ਖੜਕਾ ਦੜਕਾ ਨੰਬਰ ਰੇਡਰ ਦਾ ਮਨਜੋਤ ਸਿੰਘ ਮਾਛੀ ਵਾਲੇ ਵਾਲਾ ਕੌਡੀ ਪਾਉਂਦਾ ਉਹ ਸਵਰਨਿਆ। ਹਾਓ ਸਾਹਮਣੇ ਮਨਜੋਤ ਸਿੰਘ ਮਾਛੀ ਵਾਲੇ ਵਾਲਾ ਮੇਰੇ ਵੀ ਸਾਡਾ ਵੀਰ ਤੀਰਥ ਮੇਰੇ ਵੀ ਉਹ ਅਟਵਾਲ ਮਾਣ ਕਰਦਾ ਗੱਭਰੂ ਦੀ ਖੇਡ ਤੇ। ਇਹ ਹੈ ਮਨਜੋਤ ਮਾਸੀ ਵਾਲਾ ਸਾਹਿਬ ਦੀ ਧਰਤੀ ਦਾ। ਇੱਧਰ ਆਜ਼ਾਦ ਕਬੱਡੀ ਕਲੱਬ ਵੱਲੋਂ ਗੁਰਮਾ ਵਾਲਾ ਬੇਲਾ, ਬਰਨਾਲੇ ਵਾਲਾ ਬਾਲਿਨ ਕਾਰਪੋਰੇਸ਼ਨ, ਸਾਲ ਲੋਜਿਸਟਿਕ, ਬ੍ਰਦਰਸ ਬੈਂਕਟ ਦੇ ਜਗਦੀਪ ਸਿੰਘ ਜੀ, ਆਲ ਸਟਾਰ ਆਟੋ ਕੇਅਰ, ਆਲ ਆਟੋ ਕੇਅਰ ਮਾਨ ਬਿਲਡਰ ਬਿਕਰਮ ਬਾਈ ਸਰ ਅਤੇ ਗੁੱਡਵਿਲ ਫੈਂਸਿੰਗ ਵਾਲੇ ਮੇਨ ਸਪੌਂਸਰ ਨੇ ਆਜ਼ਾਦ ਕਬੱਡੀ ਕਲੱਬ ਦੇ, ਧੰਨਵਾਦ ਹੈ। ਆਓ ਕਹਿੰਦੇ ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲਿਆਂ ਦੀ ਕਿਰਪਾ ਸਦੂਆ ਕੋਟੇ ਵਾਲਾ ਜੱਗਾ ਕਬੱਡੀ ਪਾਉਂਦਾ ਹੋਇਆ। ਕਹਿੰਦੇ ਸੰਤ ਮਹਾਂਪੁਰਸ਼ਾਂ ਦੀ ਕਿਰਪਾ, ਜੱਗਾ ਕਹਿੰਦਾ ਮੇਰੇ ਤੇ ਆਸ਼ੀਰਵਾਦ ਨੇ ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲਿਆਂ ਦੇ। ਸੰਧੂਆ ਇਹ ਬੋਲਦਿਆ ਕਰੋ, ਪਰ ਦੂਜੇ ਪਾਸੇ ਤਾਊ ਆ ਇਹਨੂੰ ਉਡੀਕਦੇ ਸੀ ਨਿਊਜ਼ੀਲੈਂਡ ਵਾਲੇ ਨੂੰ, ਪਰ ਨੰਬਰ ਰੇਡਰ ਦਾ ਆ ਕਹਿੰਦੇ ਸੰਧੂਆਂ ਦਾ ਪੁੱਤ ਹੈ ਮੇਰੇ ਵੀਰੋ, ਇਹਦੇ ਪਿਤਾ ਜੀ ਸੂਬੇਦਾਰ ਫੌਜ ਦੇ ਵਿੱਚ ਮੇਰੇ ਵੀਰੋ, ਉਹ ਪੂਰੇ ਦੇਸ਼ ਦੀ ਰਾਖੀ ਕਰੀ ਹੈ, ਉਹ ਕਹਿੰਦੇ ਰਿਟਾਇਰ ਸੂਬੇਦਾਰ ਨੇ ਫੌਜ ਦੇ ਵਿੱਚੋਂ, ਸੰਧੂ ਸਾਹਿਬ ਉਹਨਾਂ ਦਾ ਪੁੱਤ ਮੇਰੇ ਵੀਰੋ ਕੌਡੀ ਪਾਉਣ ਦੇ, ਭਿੰਦੇ ਸੰਧੂ ਦਾ ਵੱਡਾ ਵੀਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ। ਬੇਨੜੇ ਵਾਲੇ ਨਿੰਦੀ ਦਾ, ਬੇਨੜੇ ਵਾਲੇ ਲੱਭੀ ਦਾ ਰਿਸ਼ਤੇਦਾਰ ਹੈ, ਪਰ ਦੂਜੇ ਪਾਸੇ ਜਲਾਲਪੁਰੀਏ ਤੋਂ ਕੌਣ ਬਚਾਵੇ, ਜਲਾਲਪੁਰੀਏ ਤੋਂ ਕੌਣ ਛਡਾਵੇ ਉਹ ਸੰਧੂਆ ਪਾਲਾ ਜਲਾਲਪੁਰੀਆ ਜੀਤੇ ਦਾ ਵੀਰ, ਅੱਜ ਜੱਫਾ ਲਾ ਕੇ ਨੰਬਰ। ਆਓ ਸਰਦਾਰ ਸੋਹਣ ਸਿੰਘ ਸਿੱਧੂ ਦਾ ਪੁੱਤਰ ਮੇਰੇ ਵੀਰੋ, ਕਲੋਜ ਫਾਈਟਰ ਖੇਡ ਕਬੱਡੀ ਦਾ ਆਹ ਮੈਚ ਦਾ ਪਹਿਲਾ ਜੱਫਾ ਲਾ ਕੇ ਐਨ ਬੱਲੇ ਬੱਲੇ ਕਰਵਾ ਗਿਆ ਹੈ। ਕਨੇਡਾ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਗਿਆ ਇੱਕ ਕੱਪ ਖੇਡਿਆ, ਕਹਿੰਦੇ ਵੀ ਮਾਨਕ ਭਰਾਵਾਂ ਦਾ ਉਹ ਇੱਕੋ ਕੱਪ ਦਾ ਬੈਸਟ ਬਣਿਆ, ਫਿਰ ਆਸਟ੍ਰੇਲੀਆ ਆਇਆ ਸਿੱਖ ਖੇਡਾਂ ਖੇਡੀਏ ਤੇ ਸਿੱਖ ਖੇਡਾਂ ਦਾ ਬੈਸਟ ਬਣਿਆ। ਸਰਦਾਰ ਸੇਵਾ ਸਿੰਘ ਰਾਣੇ ਨੂੰ ਮਾਣ ਹੈ ਤੇ ਅੱਜ ਕਹਿੰਦੇ ਗੋਪੀ ਸ਼ੋਕਰ ਜੋਧਾ ਚੁੱਟੀ ਸੁਖਰਾਜ ਰਮਾਣਾ ਨਾਲ ਮੋਟੀ ਬੈਨੀ ਪਾਲੋ ਮਾਣ ਹੈ। ਉਹ ਸਾਹਮਣੇ ਹਾਜੀ ਇਸਮਾਇਲ ਦਾ ਪੋਤਾ ਸ਼ਹਿਜਾਦ ਅਲੀ ਮੇਰੇ ਵੀਰੋ ਸ਼ਕਰਪੁਰੀ ਹੈ, ਹਰਿਆਣ ਦਾ ਵੀਰ ਮਲੂਕ ਦਾ ਵੀਰ ਕਬੱਡੀ ਪਾਉਣ ਲਈ ਵਧਿਆ ਹੋਇਆ। ਵੀ ਸ਼ਹਿਜਾਦ ਅਲੀ ਕੌਡੀ ਪਾ ਰਿਹਾ, ਲੈ ਵੀ ਪਾਉ ਦੇਖਾਂਗੇ ਦੂਜੇ ਪਾਸੇ ਡਬਲ ਟੱਚ ਦਾ ਇਸ਼ਾਰਾ। ਸਾਜੀਆ ਕਹਿੰਦੇ ਫਰਿਆਦ ਨੂੰ, ਆ ਜਾਓ ਏ ਵੀਰਿਆ ਤੈਨੂੰ ਆਸਟ੍ਰੇਲੀਆ ਉਡੀਕਦੀ ਹੈ, ਆ ਜਾਓ ਵੀਰਿਆ ਤੈਨੂੰ ਆਸਟ੍ਰੇਲੀਆ ਉਡੀਕਦੀ ਹੈ। ਕਹਿ ਇੰਦਰਜੀਤ ਨੂੰ, ਆ ਜਾਓ ਵੀਰਿਆ ਤੈਨੂੰ ਆਸਟ੍ਰੇਲੀਆ ਉਡੀਕਦੀ ਹੈ। ਸਾਹਮਣੇ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਮੇਠੀ ਹਰਖੋ ਵਾਲੀਆ, ਬੱਲੇ ਬੱਲੇ ਹੋ ਗਈ ਮਿੱਤਰੋ, ਪਰ ਨਿੰਨੀ ਕੋਚ ਜੀ ਨੇ ਇਸ਼ਾਰਾ ਕੀਤਾ ਕਿ ਨੰਬਰ ਰੇਡਰ ਦੇ ਕਬਜ਼ੇ ਦੇ ਵਿੱਚ ਕਰ ਰਹੇ ਆ ਛੇੜ ਕਹਾਣੀ। ਆਹ ਕਹਿੰਦੇ ਜਿਹੜਾ ਪਾਲੇ ਨੇ ਜੱਫਾ ਲਾਇਆ ਰਾਏ ਬ੍ਰਦਰਸ ਆਸਟ੍ਰੇਲੀਆ ਵਾਲਿਆਂ ਵੱਲੋਂ, ਬਲਗੁਲਗੇ ਵਾਲਿਆਂ ਵੱਲੋਂ $500 ਪਾਲੇ ਦੀ ਜਿਹੜਾ ਪੌਦਾ ਕਰ ਦਿੱਤਾ ਗਿਆ ਤੁਹਾਡੇ ਕਾਲੇ ਸੰਘਿਆਂ ਕੋਲ। ਆਹ ਮਨਜੋਤ ਕਬੱਡੀ ਪਾ ਰਿਹਾ ਹੈ, ਉੱਧਰ ਕਹਿੰਦੇ ਰੂਪੀ ਟਰਾਂਸਪੋਰਟ ਤੋਂ ਰੁਪਿੰਦਰ ਧੂਰੇ ਵਾਲਾ, ਰੁਪਿੰਦਰ ਲਟੌਰ ਵਾਲਾ ਪੁੱਜਾ, ਵੱਡੇ ਸਪੌਂਸਰ ਨੇ ਅੱਜ ਦੇ ਕੱਪ ਦੇ, ਰੁਪਿੰਦਰ ਤੇ ਧੀਰੇ ਬਾਈ ਦਾ ਧੰਨਵਾਦ ਹੈ। ਉੱਧਰ ਅਛਰਾ ਸਿੱਧੂ ਹਸਨਪੁਰੀਆ ਕਹਿੰਦੇ ਯੰਗ ਕਬੱਡੀ ਕਲੱਬ ਦੇ ਮੇਨ
ਮੈਂਬਰ ਸਾਹਿਬਾਨ ਹੈ, ਧੰਨਵਾਦ ਕਰਦੇ ਹਾਂ ਸ੍ਰੀ ਸਿੱਧੂ ਦਾ। ਔਰ ਸਾਹਮਣੇ ਧਰੋਲੇ ਵਾਲਾ ਕਾਲਾ ਸਰਦਾਰ ਅਜਮੇਰ ਸਿੰਘ ਸੱਧੂ ਦਾ ਪੁੱਤ ਮੇਰੇ ਵੀਓ, ਇਸ ਨੇ ਕਬੱਡੀ ਪਾ ਲਿਆ। ਦੂਜੇ ਬੰਦੇ ਕਬੱਡੀ ਦਾ ਸਰਪੰਚ ਯਾਦਵਿੰਦਰ ਸਿੰਘ ਯਾਦਾ ਸੁਰਖਪੁਰੀਆ, ਲਾਊ ਯਾਦਗਾਰੀ ਜੱਫਾ ਕੇ ਨਹੀਂ, ਲਾਊ ਯਾਦਗਾਰੀ ਜੱਫਾ ਕੇ ਨਹੀਂ, ਲਾਊ ਯਾਦਗਾਰੀ ਜੱਫਾ ਕੇ ਨਹੀਂ, ਲਾਓ ਇੱਥੇ ਰੱਖੋ। ਆਓ ਨੰਬਰ ਕਹਿੰਦੇ ਰੇਡਰ ਦੇ ਕਬਜ਼ੇ ਦੇ ਵਿੱਚ ਹੈ। ਚਲੋ ਇਹ ਗੱਭਰੂਆ, ਆ ਕਹਿੰਦੇ ਕੋਟੇ ਵਾਲਾ, ਇਹ ਕਹਿੰਦੇ ਰਾਜਸਥਾਨ ਵਾਲਾ, ਇਹ ਜੱਗਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ। ਜੱਗਿਆ ਓਏ ਛੇੜ ਓਏ ਮੁੰਡੇ ਨੂੰ, ਜੱਗਿਆ ਛੇੜ ਓਏ ਮੁੰਡੇ ਨੂੰ। ਆਹ ਮੁਕਾਬਲਾ ਤਗੜਾ, ਬੱਲੇ 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 ਬੱਲੇ, ਨਹੀਂ ਰਿਸਾ ਕੋਟੇ ਵਾਲਾ। ਹਾਂਜੀ ਹੈਲੋ, ਲਵੀ ਬੇਨਤੀ ਆ ਫੈਡਰੇਸ਼ਨ ਵੱਲੋਂ, ਅਸੀਂ ਪਹਿਲਾਂ ਵੀ ਬੇਨਤੀ ਕਰਿਆ, ਗਰਾਊਂਡ ਜਿਹੜਾ ਬਿਲਕੁਲ ਕਲੀਅਰ ਕਰੋ। ਇੱਕ ਟੀਮ ਦਾ ਮੈਨੇਜਰ ਤੇ ਕੋਚ ਔਰ ਜਿਹੜੇ ਐਕਸਟਰਾ ਪਲੇਅਰ ਉਹ ਬਾਹਰੇ ਆ ਜਾਣਗੇ, ਉਸ ਤੋਂ ਇਲਾਵਾ ਕੋਈ ਵੀ ਵੀਰ ਜਿਹੜਾ ਗਰਾਊਂਡ ਵਿੱਚ ਨਹੀਂ ਆਵੇਗਾ। ਬੇਨਤੀ ਹੈ, ਲਓ ਸਾਹਮਣੇ ਸਾਜੀ ਮੇਰੇ ਵੀਰੋ ਸ਼ਕਰਪੁਰੀਆ, ਸਹਿਜਾਦ ਅਲੀ, ਆਓ ਹਾਜੀ ਸਾਤੀਆ ਦਾ ਦੋਤਾ ਮੇਰੇ ਵੀਰੋ, ਕਹਿੰਦੇ ਹਾਜੀ ਸਾਤੀਆ ਜੀ ਤੇ ਮਾਣ ਹੈ ਸਾਜੀ ਸ਼ਕਰਪੁਰ ਨੂੰ ਮੇਰੇ ਵੀ ਆਪਣੇ ਨਾਨਾ ਜੀ ਤੇ। ਸਾਜੀ ਕਹਿੰਦੇ ਫਰਿਆਦ ਨੂੰ, ਆ ਜਾਓ ਏ ਵੀਰਿਆ, ਤੈਨੂੰ ਆ ਟ੍ਰੇਲੀਆ ਉਡੀਕਦੀ ਹੈ। ਆਹ 28 ਨੂੰ ਆਊ ਸੰਧੂ, 28 ਵਾਲੇ ਕੱਪ ਤੇ ਕੱਲਾ ਫਰਿਆਦ ਨੀ, ਨਾਲ ਕਹਿੰਦੇ ਇੰਦਰਜੀਤ ਕਲਸੀਆ ਵਾਲਾ ਵੀ ਖੇਡੂ ਮੇਰੇ ਵੀਰੋ। 28 ਨੂੰ ਫਰਿਆਦ ਤੇ ਇੰਦਰਜੀਤ ਵੀ ਪੁੱਜਣਗੇ। ਆਓ ਖੀਰਾਬਾਲ ਦੀ ਧਰਤੀ ਦਾ ਬੁਲਟ, ਬਾਬੇ ਤਰਸੇਮ ਸਿੰਘ ਭੰਡਾਲ ਦਾ ਪੋਤਾ, ਆਓ ਸਾਹਮਣੇ ਕਬੱਡੀ ਪੌੜ ਦੀ ਵਧਿਆ ਹੋਇਆ। ਦੂਜੇ ਬੰਦੇ ਚਿੱਟੀ ਵਾਲਾ, ਚਿੱਟੀ ਵਾਲਾ, ਚਿੱਟੀ ਵਾਲਾ, ਚਿੱਟੀ ਵਾਲਾ ਜੱਗਾ ਬੁਲਟ ਤੇ ਜੱਗਾ। ਆ ਕਹਿੰਦੇ ਗੁਰਮਾ ਵਾਲਾ ਬਿੱਲਾ ਕੌਡੀ ਪਾਉਂਦਾ, ਬਿੱਲਾ ਆ ਗਿਆ ਓ ਸੋਨੀਆਂ ਯਾਦਿਆ, ਆਓ ਸਰਪੰਚੋ ਪਾ ਲਿਆ। ਇੱਕ ਪਾਸੇ ਸੀਹਾਂ ਦੌਤ ਵਾਲਾ ਸੋਨੀ ਹੈ, ਲੁਧਿਆਣੇ ਵਾਲਾ ਕਿਹੋ ਜਿਹਾ ਕੀ ਜੇ ਕੁੜੀਏ ਤੂੰ ਦਿੱਲੀ ਸ਼ਹਿਰ ਦੀ, ਮੈਂ ਵੀ ਜੱਟ ਲੁਧਿਆਣੇ ਦਾ ਪਰਾ ਬਰਨਾਲੇ ਵਾਲਾ, ਇਹ ਗੁਰਮਾਲ ਹੈ, ਇਹਨੂੰ ਦੁਨੀਆ ਬਿੱਲਾ ਬਿੱਲਾ ਕਹਿੰਦੀ ਹੈ। 36ਵੀਆਂ ਸਿੱਖ ਗੇਮਾਂ ਦਾ ਬੈਟਰੇਟਰ ਸੰਧੂਆ, ਆਓ ਮੇਸ਼ੀ ਹਰਖੋ ਵਾਲੀਆ ਕੌਡੀ ਪਾਉਂਦਾ, ਪਰਸ ਦੇ ਗਲੇਡੀਅਰ ਕੱਪ ਦਾ ਬੈਟਰੇਟਰ, ਗੁਰਿੰਦਰ ਕਿੰਦੜਾਂ ਦੇ ਕਬੱਡੀ ਕੱਪ ਦਾ। ਇਹ ਹੁਸ਼ਿਆਰਪੁਰੀ ਆ ਮੇਰੇ ਵੀ ਉਹ ਦੁਆਬੇ ਵਾਲਾ, ਕਿ ਚਾਰ ਜ਼ਿਲ੍ਹੇ ਪੈਂਦੇ ਨੇ ਦੁਆਬੇ ਦੇ ਇਲਾਕੇ ਵਿੱਚ, ਨਵਾਂ ਸ਼ਹਿਰ ਆਜ਼ਾਦੀ ਦੇ ਫਨਕਾਰਾਂ ਦਾ ਜ਼ਿਲ੍ਹਾ ਏ, ਚੜ ਕੇ ਜਹਾਜ਼ਾਂ ਵਿੱਚ ਉੱਡ ਗਏ ਜਲੰਧਰੀਏ, ਇਹ ਸਾਰਾ ਬਲੈਤੀਏ ਸਰਦਾਰਾਂ ਦਾ ਜ਼ਿਲ੍ਹਾ ਏ, ਸਭ ਨਾਲੋਂ ਵੱਧ ਪੜ੍ਹੇ ਲਿਖੇ ਲੋਕ ਵੱਸਦੇ ਹੁਸ਼ਿਆਰਪੁਰ ਬਾਗਾਂ ਤੇ ਬਹਾਰਾਂ ਦਾ ਜ਼ਿਲ੍ਹਾ ਏ। 16 ਆਨੇ ਸੱਚ ਗੱਲਾਂ ਕਹਿਣ ਪਾਲੇ ਤੋਂ ਗਿਆ, ਉਹ ਕਪੂਰਥਲਾ ਕਬੱਡੀ ਦੇ ਸਟਾਰਾਂ ਦਾ ਜ਼ਿਲ੍ਹਾ ਏ, ਕਪੂਰਥਲਾ ਕਬੱਡੀ ਦੇ ਸਟਾਰਾਂ ਦਾ ਜ਼ਿਲ੍ਹਾ ਏ। ਲੋ ਕਪੂਰਥਲੀਆ ਸੁਰਖਪੁਰੀਆ ਯਾਦਾਂ ਦੇਖਾਂਗੇ, ਕਰਾਊ ਬੱਲੇ ਬੱਲੇ, ਜਾਂ ਗਿੰਨੀ ਮਿਹਨਤ ਵਾਲੀਆ, ਜਾਂ ਕਲੋਜ਼ ਫਾਈਟਰ ਖੇਡ ਕਬੱਡੀ ਦਾ। ਨੰਬਰ ਰੇਡਰ ਦਾ ਲਓ ਸਾਹਮਣੇ, ਮਨਜੋਤ ਗਿੱਲ ਮਾਛੀਵਾੜਾ ਸਾਹਿਬ ਦੀ ਧਰਤੀ ਦਾ ਮੇਰੇ ਵੀਓ, ਇਸ ਸਮੇਂ ਕਬੱਡੀ ਪਾਉਣ ਲਈ ਵਧਿਆ ਹੋਇਆ ਤੇ ਮਨਜੋਤ ਗਿੱਲ ਸਵਾਰ ਰਿਹਾ। ਅੱਜ ਮੁੰਦੀਆਂ ਦੇ ਐਲਾਨ ਹੋ ਗਿਆ ਕਰਦੇ ਕਿ ਰਾਜ ਦੇ ਕਬੱਡੀ ਕੱਪ ਦੇ ਬੈਸਟਾਂ ਲਈ, ਤਾਂ ਉਹ ਕਹਿੰਦੇ ਮਾਛੀਵਾੜ ਦੀ ਧਰਤੀ ਦਾ ਮਨਜੋਤ, ਆਓ ਸਾਜੀ ਚੱਲਿਆ ਸ਼ਕਰਪੁਰੀਆ, ਸਾਜੀ ਚੱਲਿਆ ਸ਼ਕਰਪੁਰੀਆ, ਤੇ ਦੂਜੇ ਪਾਸੇ ਵੇਖਾਂਗੇ ਆਓ ਮੁਕਾਬਲਾ ਕਿਵੇਂ ਕਿੱਦਾਂ ਦਾ ਹੋਣਾ, ਸਮਾਂ ਦੱਸੂਗਾ, ਵਕਤ ਦੱਸੂਗਾ। ਆਓ ਪਾਈ ਹੋਈ ਸਾਜੀ ਦੀ ਕਬੱਡੀ ਯਾਦਿਆ, ਓਏ ਛੇੜ ਓਏ ਮੁੰਡੇ ਨੂੰ, ਇੱਕ ਪਾਸੇ ਸਾਜੀ ਹੈ ਸ਼ਕਰਪੁਰੀਆ ਤੇ ਦੂਜੇ ਪਾਸੇ ਜਲਾਲਪੁਰੀਆ, ਪਾਲਾ ਪਾਲਾ ਪਾਲਾ, ਓ ਪਾਲਾ 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 ਪਾਲਾ, ਇੱਕ ਪਾਸੇ ਜਲਾਲਪੁਰੀਆ, ਓ ਦੂਜੇ ਪਾਸੇ ਸਾਜੀ ਹੈ। ਸਾਜੀ ਆ ਕਹਿ ਦੇ ਓਏ ਫਰਿਆਦ ਨੂੰ,
ਸਾਜੀਆ ਕਹਿ ਦੇ ਓਏ ਫਰਿਆਦ ਨੂੰ ਤੈਨੂੰ ਗਰਾਊਂਡ ਉਡੀਕਦੀ ਆਸਟ੍ਰੇਲੀਆ ਦੇ, ਤੈਨੂੰ ਗਰਾਊਂਡ ਉਡੀਕਦੀ ਆ ਫਰਿਆਦ, ਤੈਨੂੰ ਆਸਟ੍ਰੇਲੀਆ ਉਡੀਕਦੀ ਹੈ, ਆਸਟ੍ਰੇਲੀਆ ਕਬੱਡੀ ਪ੍ਰੇਮੀ ਉਡੀਕਦੀ, ਆ ਜਾ ਚੜ ਕੇ ਜਹਾਜੇ, ਔਰ ਸਾਹਮਣੇ ਤਾਊ ਹੈ ਨਿਊਜ਼ੀਲੈਂਡ ਦੀ ਧਰਤੀ ਦਾ, ਔਰ ਦੂਸਰੇ ਬੰਨੇ ਕੋਟਾ ਰਾਜਸਥਾਨ ਵਾਲਾ ਜੱਗਾ ਕਹਿੰਦੇ ਰਾਜਸਥਾਨ ਦਾ ਪੱਥਰ ਮਸ਼ਹੂਰ ਤੇ ਆਸਟ੍ਰੇਲੀਆ ਦੇ ਪਰਥ ਦਾ ਸੋਨਾ ਮਸ਼ਹੂਰ। ਮੇਰੇ ਵੀਓ ਅੱਜ ਦੇਵ ਜੂਲਰਸ ਵਾਲਿਆਂ ਨੇ ਵੱਡਾ ਐਲਾਨ ਕਰ ਦਿੱਤਾ ਹੈ ਕਿ ਆਸਟ੍ਰੇਲੀਆ ਦੇ ਪਿਓਰ ਸੋਨੇ ਦੀਆਂ ਝੋਟੇ ਦੇ ਸਿਰ ਵਰਗੀਆਂ ਦੋ ਮੋਤੀਆਂ ਅੱਜ ਦੇਵ ਜੂਲਰ ਦੇ ਵੱਲੋਂ ਬੈਸਟ ਟ੍ਰੇਡਰ ਤੇ ਜਾਫੀ ਨੂੰ ਪਾਈਆਂ ਜਾਣਗੀਆਂ। ਮੁਬਾਰਕਬਾਦ ਆ ਸਾਹਮਣੇ ਅਜਮੇਰ ਸਿੰਘ ਸੰਧੂ ਦਾ ਪੁੱਤ ਸੰਧੂਆ ਧਨੌਲੇ ਵਾਲਾ ਕਾਲਾ ਕਬੱਡੀ ਬੋਰਡ ਲਈ ਵਧਿਆ ਹੋਇਆ ਹੈ। ਆਓ ਕਹਿੰਦੇ ਦੂਜੇ ਪਾਸੇ ਸੋਨੀ ਹੈ ਭਲਵਾਨ ਮੇਰੇ ਵੀਰੋ ਮਾਂ ਖੇਡ ਕਬੱਡੀ ਦਾ ਭਿੰਦਰ ਦਾ ਪੁੱਤ ਹੈ, ਇੱਕ ਪਾਸੇ ਕਾਲਾ ਔਰ ਦੂਜੇ ਪਾਸੇ ਸੋਨੀ ਹੈ। ਆ ਸਿਹਾਂ ਦਾ ਦੁਬਾਰਾ ਇਹ ਘੋੜਾ ਕਰਾਈਆਂ, ਇਹ ਨਾਸਤਾ ਕਰਾਈਆਂ, ਇਹ ਸੁਲਤਾਨ ਦਾ ਕਰਾਈਆਂ, ਇਹ ਦੇਵ ਜਹਾਜ਼ ਦਾ ਕਰਾਈਆਂ, ਇਹ ਸਿਹਾਂ ਦਾ ਦੁਬਾਰਾ ਹੀ ਫੱਟ ਹੋ ਗਿਆ ਸਵਰ ਰਿਹਾ ਖੇਡ ਕਹਾੜੀ ਮੇਸ਼ੀ। ਮੇਰੇ ਵੀ ਉਹ ਹਰਖੋ ਵਾਲੀ ਆ ਹੁਸ਼ਿਆਰਪੁਰੀ ਆ, ਆਹ ਦੇਖਾਂਗੇ ਸੰਤ ਬਾਬਾ ਜਵਾਲਾ ਸਿੰਘ ਜੀ ਦੀ ਇਸ ਨਗਰ ਤੇ ਕਿਰਪਾ ਮੇਰੇ ਵੀ ਉਹ, ਆਹ ਮੇਸ਼ੀ ਤੇ ਵੀ ਕਿਰਪਾ ਹੈ। ਆਹ ਸਾਹਮਣੇ ਹੁਸ਼ਿਆਰਪੁਰੀ ਆ ਸਮੇਂ ਮੇਸ਼ੀ ਮੇਰੇ ਵੀ ਉਹ ਸ਼ਾਨਦਾਰ ਨੰਬਰ ਦਾ ਵਾਧਾ ਕਰਦਾ ਹੋਇਆ ਕਬੱਡੀ ਪਾਉਂਦਾ ਗੁਰਵੀਰ ਧਾਲੀਵਾਲ ਕਹਿੰਦਾ ਕਿ ਮਨ ਸਿੰਘ ਆਓ ਕਹਿੰਦੇ ਜੀ ਨੇ ਸਾਡਾ ਬੋਲ ਨਹੀਂ ਮੋੜਿਆ, ਆਖਿਆ ਕਿ ਮਨ ਸਿੰਘ ਜਹਾਜ਼ ਬਹਿ ਜਾ, ਜਹਾਜ਼ ਚੜ੍ਹ ਕੇ ਆਸਟ੍ਰੇਲੀਆ ਪਹੁੰਚ ਗਿਆ ਨੈਸ਼ਨਲ ਕਬੱਡੀ ਖੇਡਣ ਦੇ ਲਈ ਫੈਡਰੇਸ਼ਨ ਦੇ ਲਈ। ਮੇਰੇ ਵੀਰੋ ਸਾਡਾ ਗੁਰਵੀਰ ਧਾਲੀਵਾਲ ਵੀ ਵਿਸ਼ੇਸ਼ ਤੌਰ ਤੇ ਵੱਡੀਆਂ ਡਿਊਟੀਆਂ ਨਿਭਾ ਰਹੇ ਹੈ। ਸਾਹਮਣੇ ਮਨਜੋਤ ਮਾਸ਼ੀ ਬਾਰੇ ਵਾਲਾ ਗਿੱਲਾਂ ਦਾ ਪੁੱਤ ਕਬੱਡੀ ਪਾਉਂਦਾ, ਸਾਹਮਣੇ ਚਾਰ ਹੈ ਆਹ ਮੁਕਾਬਲਾ ਕਰਨ ਦੇ ਲਈ ਤਿਆਰ ਹੈ, ਆਹ ਗੜੀ ਵਾਲਾ ਜੱਟ ਹੈ ਪਰ ਨੰਬਰ ਰੇਡਰ ਦਾ ਉਹ ਸਵਰਨਿਆ ਛੇੜ ਕਹਾਣੀ ਆਓ ਆ ਗਿਆ ਸ਼ਕਲਪੁਰੀਆ ਮੇਰੇ ਵੀਰੋ, ਦੁਨੀਆ ਪਿਆਰ ਕਰਦੀ ਹੈ ਇਹ ਜਨਾਬ ਮੱਖਣ ਵਾਲੀ ਦਾ ਭਾਣਦਾ ਪ੍ਰਸਿੱਧ ਬੁਲਾਰੇ ਦਾ ਮੇਰੇ ਵੀਰੋ, ਉਹ ਮਾਣ ਹੈ ਇਹਨੂੰ ਉੱਡਣਾ ਸੱਪ ਕਹਿੰਦੀ ਹੈ ਦੁਨੀਆ, ਇਹ ਸਹਿਜਾਦ ਅਲੀ ਹੈ ਉਹ ਸਾਹਮਣੇ ਹਾਜੀ ਸਮਾਇਲ ਦਾ ਪੋਤਰਾ ਜਨਾਬ ਫਕੀਰ ਹੁਸੈਨ ਨੰਬਰਦਾਰ ਦਾ ਪੁੱਤ ਮੇਰੇ ਵੀਰੋ, ਇਸ ਸਮੇਂ ਸਹਿਜਾਦ ਅਲੀ ਨੰਬਰ ਦਾ ਸ਼ਾਨਦਾਰ ਵਾਧਾ ਆਪਣੀ ਟੀਮ ਦੇ ਹਿੱਸੇ ਵਿੱਚ ਕਰਦਾ ਹੋਇਆ। ਔਰ ਅਗਲੀ ਕਬੱਡੀ ਪਾਉਂਦ ਲਈ ਰਾਜਸਥਾਨ ਵਾਲਾ ਕੋਟੇ ਵਾਲਾ ਆਓ ਜੱਗਾ ਆ ਗਿਆ। ਸਾਜੀ ਮੈਂ ਤੇਰੇ ਘਰਾਂ ਦੇ ਵਿੱਚ ਇੱਕ ਮੁੰਡਾ ਜਾਫੀ ਹੈ ਰਫੀਕ, ਨਵੀਂ ਜੀ ਉਮਰ ਦਾ 18 ਸਾਲਾਂ ਦਾ, ਉਹਦੇ ਦੋ ਮੈਚ ਖਿਡਾਇਆ, ਇੱਕ ਖਿਡਾਇਆ ਸੀ ਦਿਆਲਪੁਰ ਉਹ ਧਰਤੀ ਦੇ ਬੱਲੇ ਬੱਲੇ ਕਰਵਾਈ ਤੇ ਦੂਜਾ ਉਹ ਵੇਖਾਂਗੇ। ਪਰ ਇਧਰੋਂ ਜੱਟ ਦੀ ਗੱਲ ਕਰ ਦਈਏ, ਇੱਕ ਪਾਸੇ ਜੱਟ ਹੈ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਖੜਕਾ ਦੜਕਾ, ਉਹ ਦੂਜੇ ਪਾਸੇ ਜੱਗਾ ਕਿ ਮੁੰਡਾ ਜੱਟਾਂ ਦਾ ਬੜਾ ਹੀ ਟੁੱਟ ਪੈਣਾ ਪੁੱਠੇ ਪੰਗੇ ਲੈਣਾ ਮੈਨੂੰ ਕਹਿੰਦਾ, ਆ ਜਾ ਕੌਡੀ ਬਾਡੀ ਖੇਡੀਏ। ਆਹ ਕਹਿੰਦੇ ਭਾਣਜਾ ਸਾਜੀ ਕਹਿੰਦਾ ਰਫੀਕ ਮੇਰਾ ਭਾਣਜਾ ਉਹ ਸੰਧੂਆ ਉਹਦੇ ਦੋ ਮੈਚ ਖਿਡਾਏ ਨੇ ਸਾਜੀਆ, ਪਰ ਉਹ ਮੁੰਡੇ ਨੇ ਤਹਿਲਕਾ ਮਚਾਇਆ ਸੀ ਦਿਆਲਪੁਰ ਦੀ ਧਰਤੀ ਪਹਿਲਾਂ ਤੇ ਸੰਧੂਆ ਦੂਜਾ ਜਿਹੜਾ ਆਪਾਂ ਆਹ ਕਹਿੰਦੇ ਮੇਰੇ ਵੀ ਉਹ ਸਗਵਾਲ ਦੀ ਧਰਤੀ ਗੱਲਾਂ ਹੋਈਆਂ, ਆਹ ਕਹਿੰਦੇ ਮੁੰਡਿਆਂ ਦੀ ਆਉਣ ਵਾਲੇ ਦਿਨਾਂ 'ਚ ਸੰਧੂਆ ਦੱਸ ਵੀ ਇੱਕ ਪਰਿਵਾਰ ਦੀ ਵੱਡੀ ਟੀਮ ਬਣਿਆ ਕਰੂਗੀ ਪੰਜਾਬ ਦੀ ਧਰਤੀ ਤੇ। ਮੇਰੇ ਵੀ ਉਹ ਸਾਰੇ ਭਾਣ ਦੇ ਮਾਮੇ ਉਹ ਭਤੀਜੇ ਸਾਰੇ ਇਕੱਠੇ ਇੱਕ ਟੀਮ ਬਣਾ ਕੇ ਖੇਡਣਗੇ ਮੱਧੂ, ਕਿਉਂਕਿ ਘੱਟੋ ਘੱਟ 20 ਖਿਡਾਰੀ ਜਿਹੜੇ ਗੁਜਰਾਂ ਦੇ ਖੇਡਦੇ ਆ ਪਰਿਵਾਰ ਦੇ, ਆਪਾਂ ਇਹ ਆਖਿਆ ਕਰਾਂਗੇ ਮੱਧੂ ਕਿ ਉਹ ਜਹਾਜ਼ ਚੱਲਿਆ ਸਾਰੇ ਦੇਸ਼ ਨੂੰ ਗੁਜਰਾਂ ਦਾ, ਇਹ ਗੁਜਰਾਂ ਦਾ ਪਰਿਵਾਰ ਕੌਡੀ ਦੇ ਵਿੱਚ ਮਿਹਨਤ ਕਰਦਾ, ਕੌਡੀ ਦਾ ਸਤਿਕਾਰ ਕਰਦਾ। ਸੰਧੂਆ ਛੇੜ ਕਹਾਣੀ ਉਹ ਸਾਹਮਣੇ ਸਹਿਜਾਦ ਅਲੀ, ਸਹਿਜਾਦ ਅਲੀ ਖੇਡ ਕਬੱਡੀ ਦਾ ਸਹਿਜਾਦ ਅਲੀ, ਉਹ ਕਹਿੰਦੇ ਹਾਜੀ ਸਾਤੀਆ ਦਾ ਦੋਤਾ ਮੇਰੇ ਵੀਰੋ, ਇਹ ਮੁੰਡਾ ਆਪਣੇ ਨਾਨੇ ਨੂੰ ਵੀ ਬਹੁਤ ਪਿਆਰ ਕਰਦਾ ਹੈ, ਕਹਿੰਦਾ ਮੇਰੀ ਕਬੱਡੀ 'ਚ ਮੇਰੇ ਨਾਨੇ ਦਾ ਬਹੁਤ ਵੱਡਾ ਰੋਲ ਹੈ। ਉਹ ਸਾਹਮਣੇ ਦੇਖੋ ਜਾਂਦਾ ਸਰਪੰਚ ਤੇ ਸਹਿਜਾਦ ਅਲੀ ਆਓ
ਵਾਹ ਓਏ ਜਾਦਿਆ, ਇਹ ਜਾਦਾ ਸੁਰਖਪੁਰੀਆ ਆਉਦਲੇ ਪਰਿਵਾਰ ਦਾ, ਆਹ ਪਰਿਵਾਰ ਵਿੱਚ ਸਰਪੰਚ ਹੀ ਆ ਮੇਰੇ ਵੀਰੋ, ਤੇ ਕਬੱਡੀ ਦਾ ਵੀ ਸਰਪੰਚ ਹੈ। ਅੱਧਾ ਸਮਾਂ ਵਧਣ, ਅੱਧਾ ਸਮਾਂ ਹੋ ਗਿਆ ਮੇਰੇ ਖਿਆਲ ਚ। ਰਿਜ਼ਲਟ ਸਵਾਰਨੇ ਦੱਸੀ ਰਾਣੂ ਬ੍ਰਦਰ ਬੈਠੇ ਹੈ, ਆ ਰਿਜ਼ਲਟ ਦੱਸੀ ਅੱਧੇ ਸਮੇਂ ਦਾ। ਅੱਧਾ ਬਾਹ ਜੀ, ਗੁੱਡ ਨਿਊਜ਼ ਰੀਅਲ ਸਟੇਟ ਤੋਂ ਸਾਡੇ ਗੈਰੀ ਬਾਈ ਜੀ, ਉਹ ਵਿਸ਼ੇਸ਼ ਤੌਰ ਤੇ ਪਹੁੰਚ ਚੁੱਕਿਆ ਗੈਰੀ ਬਾਈ ਦਾ ਗੁੱਡ ਨਿਊਜ਼ ਰੀਅਲ ਸਟੇਟ ਦਾ ਧੰਨਵਾਦ ਹੈ। ਪੰਨ ਬੈਕ ਗਰੁੱਪ ਦਾ, ਰੁਪਿੰਦਰ ਸਿੰਘ ਜੀ ਬਰਾੜ ਸਾਹਿਬ ਜੋ ਢਿੱਲੋਰਾਂ ਦਾ, ਔਰ ਬਾਲਿਨ ਕਾਰਪੋਰੇਸ਼ਨ ਦਾ, ਔਰ ਸਿੱਧੂ ਫੈਮਿਲੀ ਹੋਮਜ਼ ਦਾ, ਸੁਰਿੰਦਰ ਸਿੱਧੂ ਸਾਡੇ ਨਾਲ, ਗੁਰਪ੍ਰੀਤ ਸਿੱਧੂ, ਸਾਰਿਆਂ ਦਾ ਬਹੁਤ ਵੱਡਾ ਰੋਲ, ਅਕਸ਼ਰਾ ਸਿੱਧੂ ਉਹਨਾਂ ਦਾ ਵੱਡਾ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਗੁਰਿੰਦਰ ਸਿੰਘ ਜੀ ਗਿੱਲ ਪਰਥ ਵਾਲੇ ਤੇ ਦਲਵੀਰ ਗਿੱਲੜੀ ਗਲੇਡੀਏਟਰ ਕਬੱਡੀ ਕਲੱਬ ਵਾਲੇ ਵਿਸ਼ੇਸ਼ ਤੌਰ ਤੇ ਆਇਆ, ਬਹੁਤ ਬਹੁਤ ਧੰਨਵਾਦ। ਘੁੱਦਾ ਆਇਆ ਕਾਲੇ ਸੰਘਿਆਂ ਵਾਲਾ ਚੱਲ ਕੇ, ਘੁੱਦਾ ਕਾਲੇ ਸੰਘਿਆਂ ਵਾਲਾ ਚੱਲ ਕੇ ਆਇਆ, ਕਹਿੰਦਾ ਸੰਧੂਆ ਜਿੱਥੇ ਰੈ ਬ੍ਰਦਰ ਕਹਿੰਦੇ ਨੇ, ਆ ਜੋਤੀ ਬਰੀ ਕਹਿੰਦੇ ਨੇ ਮੇਰੇ ਵੀਰੋ, ਪਾਲਾ ਜਲਾਲਪੁਰੀਆ ਉੱਥੇ ਬੱਲੇ ਬੱਲੇ ਕਰਵਾਉਂਦਾ, ਉਹਨਾਂ ਦੇ ਸੱਦੇ ਤੇ ਵਿਸ਼ੇਸ਼ ਤੌਰ ਤੇ ਆਇਆ, ਤੈ ਚਲੋ ਧੰਨਵਾਦ ਆ। ਘੁੱਦਾ ਸਾਡਾ ਕਾਲੇ ਤੇ ਗੋਪੀ ਸ਼ੋਕਰ ਤੇ ਮਾਣ ਆ, ਕਹਿੰਦਾ ਮੈਨੂੰ ਘੁੱਦਾ ਕਹਿੰਦਾ ਸਾਬੀ ਤੇ ਮਾਣ ਹੈ, ਘੁੱਦਾ ਕਹਿੰਦਾ ਮੈਨੂੰ ਬਾਈ ਗੁਰਪ੍ਰੀਤ ਸ਼ੋਕਰ ਤੇ ਮਾਣ ਹੈ, ਜੋਧੇ ਝੁੱਟੀ ਤੇ ਮਾਣ ਹੈ, ਕਹਿੰਦਾ ਮੈਨੂੰ ਕੰਗ ਗਿੱਲ ਤੇ ਗੁਰੂ ਤੇ ਮਾਣ ਹੈ, ਕਹਿੰਦਾ ਮੈਨੂੰ ਬੈਣੀਪਾਲ ਤੇ ਮਾਣ ਹੈ, ਆਹ ਮੈਨੂੰ ਗਿੱਲ ਤੇ ਮਾਣ ਹੈ, ਘੁੱਦਾ ਕਾਲੇ ਸੰਘਿਆਂ ਵਾਲਾ ਤੈ ਚਲੋ ਧੰਨਵਾਦ ਕਰਦੇ ਆਓ। ਹਾਂਜੀ, ਜਿਹੜਾ ਪਲੀਅ ਨੰਬਰ ਆ ਉਹ ਕਲੀਅਰ ਕਰਕੇ ਦੱਸੋ ਜੀ, ਅਸੀਂ ਹਾਫ ਦੇ ਨੰਬਰ ਬੋਲਣੇ ਆ ਕਿਉਂਕਿ ਮੈਚ ਵੱਡਾ, ਵੱਡੀਆਂ ਟੀਮਾਂ। ਹਾਂਜੀ, ਇੱਕ ਨੰਬਰ ਹੋਲਡ ਆ ਪਾਲੇ ਵਾਲਾ, ਉਹ ਟੈਕਨੀਕਲ ਕਮੇਟੀ ਜਿਹੜਾ ਫੈਸਲਾ ਦੇਵੇਗੀ ਜੀ, ਪਲੀਜ਼ ਬੇਨਤੀ ਆ ਕੋਈ ਵਾਧੂ ਵੀ ਡਿਸਟਰਬ ਨਾ ਕਰੇ, ਬੜੀ ਮਿਹਰਬਾਨੀ। ਸਵਰਨੇ ਇੱਕ ਬੁਲਟ ਵਾਲਾ ਵੀ ਹੋਲਡ ਆ ਤੇ ਦੋ ਹੋਲਡ ਨੇ ਮੇਰਾ ਖਿਆਲ, ਦੱਸਿਓ ਮਾੜਾ ਪੁੱਛ ਕੇ ਸਵਰਨੇ। ਓਕੇ ਜੀ, ਤੇ ਅੱਜ ਦੇ ਸਾਡੇ ਇਸ ਕਬੱਡੀ ਕੱਪ ਦੇ ਮੇਨ ਸਪਾਂਸਰ ਬੱਲ ਇਨਕਾਰਪੋਰੇਸ਼ਨ, ਬੱਲ ਉਹ ਇਨਸਾਨ ਹੈ ਮੋਹਨਵੀਰ ਸਿੰਘ ਜੀ ਬੱਲ, ਤੇ ਦਿਲਾਵਰ ਸਿੰਘ ਜੀ ਬੱਲ ਮੇਰੇ ਵੀਰੋ ਸਵਰਗੀ ਅਵਤਾਰ ਸਿੰਘ ਹੋਰਾਂ ਦੇ ਪੁੱਤ ਨੇ, ਜਿਨ੍ਹਾਂ ਨੇ ਹਰ ਇੱਕ ਘਰ ਦੇ ਵਿੱਚ ਮੇਰੇ ਵੀਰੋ ਆਪਣਾ ਨਾਂ ਬੋਲਣ ਲਾਇਆ, ਬੱਚੇ ਵੀ ਨੇ ਭਾਵੇਂ ਬਜ਼ੁਰਗ ਨੇ, ਬੱਲ ਬੱਲ ਕਹਿੰਦੇ ਆ ਕਿ ਸਾਡੇ ਵਾਲਾ ਬੱਲ, ਸਾਡੇ ਵਾਲਾ ਬੱਲ ਕਿਉਂ ਲਾਈ ਆ, ਕਿਉਂਕਿ ਆਪਾਂ ਵਾਰਦੇ ਆ ਕੌਡੀ ਤੋਂ, ਧਰਤੀ ਨਾਲ ਜੁੜ ਕੇ ਰਹਿਣ ਵਾਲੇ ਇਨਸਾਨ ਹੈ। ਬੱਲ ਕਹਿੰਦਾ ਹੁੰਦਾ ਕਿ ਮੈਂ ਇਕੱਲਾ ਨਹੀਂ, ਮੈਂ ਤਾਂ ਸਾਰੇ ਯਾਰਾਂ ਬੇਲੀਆਂ ਨਾਲ ਹੈ, ਜਿਹੜਾ ਭਲੱਥ ਦਾ ਕੱਪ ਹੋਇਆ ਉਹ ਕਹਿੰਦਾ ਮੇਰਾ ਇਕੱਲੇ ਦਾ ਨਹੀਂ ਹੋਇਆ, ਇਹ ਸਾਡੇ ਸਾਰੇ ਆਸਟ੍ਰੇਲੀਆ ਵਾਲੇ ਭਾਈਚਾਰੇ ਦਾ ਕੱਪ ਹੋਇਆ, ਸਾਰੇ ਭਾਈਚਾਰੇ, ਉਹ ਸਾਰੇ ਭਾਈਚਾਰੇ ਨੂੰ ਮਾਣ ਦਿੱਤਾ ਬੱਲ ਭਰਾਵਾਂ ਨੇ ਵੀਰੇ। ਬੱਲ ਇਨਕਾਰਪੋਰੇਸ਼ਨ ਨੇ ਇੱਕ ਵੱਖਰਾ ਇਤਿਹਾਸ ਕਬੱਡੀ ਦਾ ਭਲੱਥ ਦੀ ਧਰਤੀ ਤੇ ਰਚਿਆ ਮੇਰੇ ਵੀਰੋ, ਦੇਖਦੇ ਵੀ ਉਹ ਰਿਕਾਰਡ ਕੌਣ ਤੋੜਦਾ, ਬੱਲ ਆਪ ਤੋੜਦੇ ਆ ਜਾਂ ਕੋਈ ਹੋਰ ਭਰਾ ਨਿੱਤਰਦਾ ਮੇਰੇ ਵੀਰੋ, ਸਮਾਂ ਦੱਸੋ। ਔਰ ਰਿਕਾਰਡ ਵੱਡੇ ਬਣਿਆ, ਦੁਨੀਆਂ ਨੇ ਪਿਆਰ ਦਿੱਤਾ ਹੈ, ਦੁਨੀਆਂ ਨੇ ਉਸ ਕੱਪ ਨੂੰ ਬਹੁਤ ਮੁਹੱਬਤ ਦਿੱਤੀ ਹੈ, ਧੰਨਵਾਦ ਬੱਲ ਇਨਕਾਰਪੋਰੇਸ਼ਨ ਦਾ, ਨਾਲ ਸਿੱਧੂ ਫੈਮਿਲੀ ਹੋਮਜ਼ ਦਾ, ਨਾਲ ਪਨਬੈਕ ਗਰੁੱਪ ਦਾ। ਉਧਰ ਸਾਡੇ ਸਤਿਕਾਰਯੋਗ ਸਰਦਾਰ ਪਰਮਜੀਤ ਸਿੰਘ ਜੀ ਪ੍ਰਧਾਨ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇੱਕ ਬੇਨਤੀ ਹੈ, ਜਿਹੜਾ ਇੱਧਰ ਸਾਡੇ ਸਟੇਜ ਦੇ ਰਾਈਟ ਹੈਂਡ ਸਟੈਂਡ ਹੈ ਉਹ ਸਿਰਫ ਲੇਡੀਜ਼ ਵਾਸਤੇ ਹੈ, ਆਹ ਜਿਹੜੀਆਂ ਚਿੱਟੀਆਂ ਚੇਅਰਜ਼ ਲੱਗੀਆਂ ਨੇ ਬਾਕਸ ਦੇ ਵਿੱਚ, ਇੱਥੇ ਸਿਰਫ ਸਾਡੀਆਂ ਮਾਤਾਵਾਂ ਭੈਣਾਂ ਬੈਠਣਗੀਆਂ। ਸੋ ਬੇਨਤੀ ਹੈ, ਜਿੰਨੀਆਂ ਵੀ ਸਾਡੇ ਸਤਿਕਾਰਯੋਗ ਮਾਤਾਵਾਂ ਭੈਣਾਂ ਅੱਜ ਦੇ ਕੱਪ ਤੇ ਕਬੱਡੀ ਦਾ ਆਨੰਦ ਮਾਣਨ ਵਾਸਤੇ ਪੁੱਜੇ ਹੈ, ਉਹਨਾਂ ਨੂੰ ਅਸੀਂ ਸਤਿਕਾਰ ਸਹਿਤ ਬੇਨਤੀ ਕਰਦੇ ਆਹ ਸਟੈਂਡ ਦੇ ਵਿੱਚ ਆ ਕੇ ਬੈਠ ਸਕਦੀਆਂ, ਬੜੀ ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਕੌਡੀ ਪਾਉਣ ਦੀ ਤਿਆਰੀ, ਇੱਕ ਮਿੰਟ ਪਹਿਲਾਂ ਆਪਾਂ ਰਿਜ਼ਲਟ ਬੋਲ ਦਈਏ। ਬੇਨਤੀ ਹੈ ਜੀ, ਨਾ ਭਦੌੜ, ਜਿੱਥੇ ਵੀ ਆਵਾਜ਼ ਸੁਣਦਾ ਗਰਾਊਂਡ ਚ ਆਵੇ, ਨਾ ਭਦੌੜ।
ਤੇ ਨਾ ਪਦੌੜ ਭਰਾ ਸਾਡਾ ਜਿੱਥੇ ਆਵਾਜ਼ ਸੁਣਦਾ ਗਰਾਊਂਡ ਦੇ ਵਿੱਚ ਆਵੇ। ਦੇਵ ਜਿਊਲਰ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ। ਅੱਜ ਦਾ ਜਿਹੜਾ ਜੰਗ ਕਬੱਡੀ ਕਲੱਬ ਦਾ ਕੱਪ ਐਪਿੰਗ ਦੇ ਵਿੱਚ ਹੋ ਰਿਹਾ, ਇਸ ਕੱਪ ਦੇ ਜਿਹੜੇ ਦੋ ਵੈਸਟ ਖਿਡਾਰੀ ਬਣ ਗਏ ਸ਼ਾਮਾਂ ਨੂੰ, ਵੈਸਟ ਟ੍ਰੇਡਰ ਤੇ ਜਾਫੀ ਦੇ ਲਈ ਦੋ ਸੋਨੇ ਦੀਆਂ ਮੁੰਦੀਆਂ ਜਿਹੜੀਆਂ ਉਹ ਦੇਵ ਜਿਊਲਰ ਦੇ ਵੱਲੋਂ ਸਪੌਂਸਰ ਕੀਤੀਆਂ ਗਈਆਂ ਨੇ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਟੀਮਾਂ ਦੀਆਂ ਸਾਈਡਾਂ ਜਿਹੜੀਆਂ ਚੇਂਜ ਹੋ ਗਈਆਂ, ਮੇਰੇ ਖੱਬੇ ਹੱਥ ਜਾਣੀ ਮੇਨ ਸਟੇਜ ਦੇ ਸੱਜੇ ਹੱਥ ਮੰਨ ਲਓ ਤੇ ਜਿੱਧਰ ਮੈਂ ਖੜਾ ਇੱਧਰੋਂ ਖੱਬੇ ਹੱਥ, ਜਿੱਧਰਲੇ ਪਾਸੇ ਸੂਰਜ ਦੇਵਤਾ ਉਹ ਪਾਸੇ ਟੀਮ ਜਿਹੜੀ ਮੀਰੀ ਵੀਰੀ ਪਹੁੰਚ ਗਿਆ ਤੇ ਦੂਜੇ ਪਾਸੇ ਮੇਰੇ ਵੀਰੋ ਆਜ਼ਾਦ ਕਬੱਡੀ ਕਲੱਬ ਪਹੁੰਚ ਗਈ ਹੈ ਜਿੱਥੇ ਬਾਲੇ ਨਿਕਾਲ। ਹਾਂਜੀ ਇੱਕ ਮਿੰਟ ਦੱਸੋ ਜੀ, ਇੱਕ ਵਾਰ ਪੁਆਇੰਟ ਬੋਲ ਦਿਓ, ਬਾਕੀ ਤੁਸੀਂ ਡਿਸੀਜਨ ਬਾਅਦ ਚ ਦੇ ਦਿਓ। ਹਾਂਜੀ ਕਿਉਂਕਿ ਮੈਚ ਸ਼ੁਰੂ ਕਰਦਾ ਆਪਾਂ ਨੇ, ਮੀਰੀ ਪੀਰੀ ਦੇ ਜਿਹੜੇ ਪੁਆਇੰਟ ਆ 15.5, ਆਜ਼ਾਦ ਕਬੱਡੀ ਕਲੱਬ ਦੇ 14 ਪੁਆਇੰਟ ਨੇ, ਇੱਕ ਪੁਆਇੰਟ ਇਹਨਾਂ ਦੇ ਵਿੱਚੋਂ ਹੋਲਡਾਂ ਦਾ ਡਿਸੀਜਨ ਅਸੀਂ ਬਾਅਦ ਚ ਦੇਵਾਂਗੇ, ਹੁਣ ਮੈਚ ਸ਼ੁਰੂ ਕਰਾਈਏ ਜੀ। ਧੰਨਵਾਦ। 14.5 ਇੱਕ ਪੁਆਇੰਟ ਜਿਹੜਾ ਹੋਲਡ ਹੈ ਤੇ ਹੁਣ ਵੇਖਾਂਗੇ ਮੈਚ ਪੂਰਾ ਫਸਿਆ ਹੋਇਆ ਸਾਹਮਣੇ ਤੱਕਾਂਗੇ ਬਿੱਲਾ ਗੁਰਮਾ ਵਾਲਾ ਮੇਰੇ ਵੀਰੋ ਬਰਨਾਲੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵਧਦਾ ਹੋਇਆ। ਆਓ ਸ਼ੇਰ ਓਏ ਮੁੰਡੇ ਨੂੰ, ਆਓ ਵੇਖਾਂਗੇ ਮੁਕਾਬਲਾ ਕਿਹਦੇ ਨਾਲ ਕਿਵੇਂ ਯਾਦ ਆ ਸਰਪੰਚਾ, ਪਰ ਪੈਰ ਬਾਰਡਰੋਂ ਪਾਰ ਹੋਣ ਦੇ ਇਸ਼ਾਰੇ ਨੰਬਰ ਰੇਡਰ ਦੇ ਕਬਜ਼ੇ ਦੇ ਵਿੱਚ ਹੈ। ਆਓ ਕਹਿੰਦੇ ਬਾਲੇ ਨਕਾਰ ਪੋਰੇਸ਼ਨ ਦਾ ਜਿੱਥੇ ਵੱਡਾ ਯੋਗਦਾਨ ਹੈ ਉੱਥੇ ਸਿੱਧੂ ਫੈਮਿਲੀ ਹੋਮਜ ਵਾਲੇ ਬਾਈ ਸੁਰਿੰਦਰ ਸਿੱਧੂ, ਗੁਰਪ੍ਰੀਤ ਗਿੱਲ ਹੋਰਾਂ ਦਾ, ਪਨਬੈਕ ਗਰੁੱਪ ਰੁਪਿੰਦਰ ਬਰਾੜ, ਸਰਬਜੋਤ ਢਿੱਲੋਂ ਜੋ ਸਿੱਖ ਗੇਮਾਂ ਦੀ ਮੇਨ ਕਮੇਟੀ ਪ੍ਰਧਾਨ ਹੈ ਉਹਨਾਂ ਦਾ ਵੱਡਾ ਯੋਗਦਾਨ। ਸਾਰਿਆਂ ਛੇੜ ਕਾਣੀ ਕੌਡੀ ਪੈ ਗਈ ਗੇਰਾ। ਆਓ ਕਹਿੰਦੇ ਮੇਸ਼ੀ ਆ ਹਰਖੋ ਵਾਲੀਆਂ ਮੇਰੇ ਵੀਰੋ, ਹੁਸ਼ਿਆਰਪੁਰੀਆ ਮੇਸ਼ੀ, ਮੇਸ਼ੀ ਆਸਟ੍ਰੇਲੀਆ ਵਾਲਾ, ਆਹ ਪੱਕੇ ਤੌਰ ਤੇ ਆਸਟ੍ਰੇਲੀਆ ਦੀ ਧਰਤੀ ਤੇ ਆਵਸਿਆ। ਦੂਜੇ ਬੰਨੇ ਕਹਿੰਦੇ ਜੱਗਾ ਚਿੱਟੀ ਵਾਲਾ, ਆਹ ਕਹਿੰਦੇ ਚਾਰਲੀ ਚੂੜ ਸਿੰਘ ਦੀ ਚਾਰਲੀ ਸਾਹਿਬ ਨੂੰ ਮਾਣ ਹੈ, ਪਰ ਦੇਖੋ ਕੀ ਇਸ਼ਾਰਾ ਲੱਕੀ ਸਿੱਧਵਾ ਦਾ। ਤੇ ਨੈਸ਼ਨਲ ਰੈਸਲਿੰਗ ਦੀ ਟੀਮ ਤੇ ਗਲੇਡੀਏਟਰ ਕਬੱਡੀ ਕਲੱਬ ਪਰਥ ਦਾ ਅਗਲਾ ਮੈਚ ਆ, ਦੋਨੋਂ ਟੀਮਾਂ ਚੱਲਦੇ ਮੁਕਾਬਲੇ ਚ ਗਰਾਊਂਡ ਦੇ ਵਿੱਚ ਆਉਣੀਆਂ ਚਾਹੁੰਦੀਆਂ। ਸ਼੍ਰੇ ਸਿੱਧੂ ਆਓ, ਸਨੀ ਬੇਨੜੇ ਵਾਲਾ, ਜੱਗੀ ਢਿੱਲੋਂ ਨੂੰ ਕਹੇ ਫਿਰ ਖਿੱਚ ਕੇ ਤਿਆਰੀ ਅਗਲੇ ਮੈਚ ਲਈ ਗਰਾਊਂਡ ਦੇ ਵਿੱਚ ਆ ਕੇ। ਜੱਗੀ ਢਿੱਲੋਂ ਤਿਆਰ ਆ, ਸੰਧੂ ਅਛਰੇ ਨੇ ਥਾਪੀ ਦਿੱਤੀ ਆ, ਬੜੀ ਮਿਹਨਤ ਕਰਵਾਈ ਆ, ਧੰਨਵਾਦ ਹੈ। ਆਓ ਸਾਹਮਣੇ ਸਹਿਜਾਦ ਅਲੀ ਮੇਰੇ ਵੀਰੋ, ਸ਼ਕਰਪੁਰ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਪਰ ਦੂਸਰੇ ਬੰਨੇ ਬਲਵੀਰ ਸਿੰਘ ਪਾਲਾ ਕਲੋਜ ਫਾਈਟਰ ਖੇਡ ਕਬੱਡੀ ਦਾ ਮੇਰੇ ਵੀਰੋ ਕੋਸ਼ਿਸ਼ ਕਰਦਾ ਹੈ ਨੰਬਰ 22 ਦੇ ਹਿੱਸੇ। ਔਰ ਅਗਲੀ ਰੇਡ ਮਨਜੋਤ ਸਿੰਘ ਮਾਛੀ ਵਾਲਾ ਸਾਹਿਬ ਦੀ ਖੇਡ ਮੈਦਾਨ ਚ ਪੈਂਦੀ ਹੋਈ ਹੈ, ਚਾਰ ਜਾਫੇ ਤੋਂ ਚਿੱਟੀ ਵਾਲਾ ਜੱਗਾ ਨਾਲ ਮੇਰੇ ਵੀਰੋ ਤਾਊ ਹੈ ਨਿਊਜ਼ੀਲੈਂਡ ਵਾਲਾ, ਆ ਕਬੱਡੀ ਦਾ ਚੇਤਕ, ਕਬੱਡੀ ਦਾ ਬ੍ਰੈਕਟ ਬੋਏ, ਆਓ ਦੇਖਾਂਗੇ ਕੋਸ਼ਿਸ਼ ਕਰਦਾ ਹੋਇਆ ਨੰਬਰ ਇਸ ਸਮੇਂ 22 ਦੇ ਵਾਸਤੇ ਜੁੜਿਆ ਹੈ। ਔਰ ਅਗਲੀ ਕਬੱਡੀ ਬਿੱਲਾ ਗੁਰਮਾ ਵਾਲਾ, ਤੇ ਬਿੱਲਾ ਗੁਰਮਾ ਵਾਲਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ। ਆਹ ਦੂਜੇ ਪਾਸੇ ਆਤਮਾ ਡਾਲੇ ਵਾਲਾ, ਉਹ ਬੱਲੇ ਬੱਲੇ ਹੋ ਗਈ ਮਿੱਤਰੋ, ਫੜਿਆ ਗਿੱਟਾ ਹੰਦੇ ਦੂਰ ਕੀਤੇ, ਸਮਾਂ ਬੀਤਦਾ ਹੋਇਆ, ਖੜਕਾ ਦੜਕਾ ਕਬੱਡੀ ਦਾ, ਉਹ ਨੰਬਰ ਜਿਹੜਾ ਆਤਮੇ ਦੇ ਕਬਜ਼ੇ ਦੇ ਵਿੱਚ ਹੈ। ਚੱਲ ਓਏ ਗੱਭਰੂਆ ਪਾ ਕਬੱਡੀ, ਸਾਹਮਣੇ ਰਾਜਸਥਾਨ ਵਾਲਾ ਵਾਧੂ ਨੇ ਜਿਹੜੇ ਗਰਾਊਂਡ ਤੋਂ ਸਾਈਡ ਤੇ ਹੋ ਜਾਓ, ਬੇਨਤੀ ਹੈ, ਹੱਥ ਬੰਨ ਕੇ ਦਰਸ਼ਕਾਂ ਨੂੰ ਦੇਖਣ ਦੇ ਵਿੱਚ ਦਿੱਕਤ ਆ ਰਹੀ ਹੈ। ਸਵਰਨਿਆ ਖੇਡ ਓਏ ਕਬੱਡੀ, ਆਹ ਕਹਿੰਦੇ ਰਾਜਸਥਾਨ ਵਾਲਾ ਜੱਗਾ ਮੇਰੇ ਵੀ ਉਹ ਕੋਟੇ ਵਾਲਾ ਸਮੇਂ ਕਬੱਡੀ ਪਰ ਬਹੁਤ ਚੋਟੀ ਦਾ ਮੈਚ, ਅਜੇ ਦੂਜਾ ਮੁਕਾਬਲਾ ਖੇਡਿਆ ਜਾ ਰਿਹਾ ਅੱਜ ਦੇ ਦਿਨ ਦਾ, ਐਨ ਕਹਿੰਦੇ ਸਿਰੇ ਦੇ ਮੱਲ ਪੁੱਜਿਆ, ਦੁਨੀਆਂ ਦੇ ਰੁਸਤੋਂ ਪੁੱਜਿਆ, ਦੁਨੀਆਂ ਦੇ ਟੌਪਰ ਪੁੱਜਿਆ। ਆਹ ਦੋਨੋਂ ਟੀਮਾਂ ਚੋਟੀ ਦੀਆਂ ਨੰਬਰ ਸਮੇਂ ਜਾਫੀਆਂ ਦੇ ਵਾਸਤੇ ਆਜ਼ਾਦ ਕਬੱਡੀ ਕਲੱਬ ਲਈ ਜੁੜਦਾ ਹੋਇਆ ਮੇਰੇ ਵੀ ਇਹ ਨੰਬਰ ਜਾਫੀ ਦਾ। ਕਹਿੰਦੇ ਆਸਟ੍ਰੇਲੀਆ ਦੀ ਧਰਤੀ ਤੋਂ ਸਾਜੀ ਨੇ ਸੁਨੇਹਾ ਫਰਿਆਦ ਨੂੰ ਲਾਇਆ, ਉਹ ਛੇਤੀ ਆ ਜਾ ਵੀਰਿਆ,
ਇੰਨਾ ਟਾਈਮ ਕਿਉਂ ਲਾਇਆ, ਛੇਤੀ ਆ ਜਾ ਵੀਰੇ 28 ਨੂੰ ਖੇਡੂ ਕਹਿੰਦੇ ਸ਼ਾਕਰਪੁਰੀਆ ਫਰਿਆ ਤੇ ਇੰਦਰਜੀਤ ਮੇਰੇ ਵੀਰੇ ਆਓ ਸਾਜੀ ਕਬੱਡੀ ਪਾਉਣ ਦੇ ਲਈ ਆਓ ਜਲਾਲਪੁਰੀਆ ਉਹ ਪਾਲਾ ਉਹ ਬੱਲੇ ਉਹ ਬੱਲੇ ਉਹ ਬੱਲੇ ਖੜਕਾ ਦੜਕਾ ਉਹ ਨਹੀਂ ਰਿਸਾ ਉੱਡਣਾ ਸੱਪ ਆਓ ਸਾਜੀ ਕਹਿੰਦੇ ਸ਼ਾਕਰਪੁਰੀਆ ਨੰਬਰ ਆਪਣੀ ਟੀਮ ਲਈ ਜੋੜ ਗਿਆ ਸਾਡਿਆ ਛੇੜ ਕਹਾਣੀ ਆਓ ਸਾਹਮਣੇ 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 ਦੇਖੋ ਆ ਬੁਲਟ ਹੈ ਆਓ ਦੁੱਗ 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 ਕਰਾਊ ਕੇ ਨਹੀਂ ਦੁੱਗ ਦੁੱਗ ਕਰਾਊ ਕੇ ਨਹੀਂ ਇਹ ਬੁਲਟ ਹੈ ਇਹ ਬੁਲਟ ਹੈ ਇਹ ਬੁਲਟ ਹੈ ਇਹ ਹਮਰ ਦਾ ਜੇਤੂ ਹੈ ਕਿ ਬੁਲਟ ਤਾਂ ਰੱਖਿਆ ਨੰਬਰ ਲਿਆਉਣ ਨੂੰ ਕਿ ਬੁਲਟ ਤਾਂ ਰੱਖਿਆ ਨੰਬਰ ਲਿਆਉਣ ਨੂੰ ਇਹ ਥਾਰ ਦਾ ਪਹਿਲਾ ਸਵਰਨਿਆ ਥਾਰ ਦਾ ਆਹ ਸਾਹਮਣੇ ਕਬੱਡੀ ਪਾਉਣ ਦੇ ਲਈ ਬਿੱਲਾ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਤੱਕਾਂਗੇ ਚਾਰ ਬੱਬਰ ਸ਼ੇਰਾਂ ਦੇ ਵਿੱਚੋਂ ਆਹ ਸਾਹਮਣੇ ਤੱਕਦਾਂਗੇ ਕੌਂਕਿਆਂ ਵਾਲਾ ਮੋਟਾ ਵੀ ਖੜਾ ਮੋਟਿਆ ਕਾਇਮ ਆਓ ਕੌਂਕਿਆਂ ਵਾਲਾ ਮਾਂ ਖੇਡ ਕਬੱਡੀ ਦਾ ਵੱਡਾ ਮਲੋ ਵੀ ਪੁੱਜਿਆ ਹੋਇਆ ਸ਼ੇਰ ਕਹਾਣੀ ਆਹ ਬਗੀਚਾ ਇੰਦਗੜੀਆ ਵੀ ਪੁੱਜਿਆ ਮੇਰੇ ਵੀ ਉਹ ਧੰਨਵਾਦ ਆਪਣੇ ਸਮੇਂ ਦੇ ਮਹਾਨ ਕਬੱਡੀ ਖਿਡਾਰੀ ਅੱਜ ਦੇ ਕੱਪ ਤੇ ਪੁੱਜੇ ਹੋਏ ਸਤਕਾਰ ਲਓ ਸਾਹਮਣੇ ਹਰ ਖੋਲਿਆ ਮੇਸ਼ੀ ਤੇ ਆਓ ਚਿੱਟੀ ਵਾਲਾ ਬ੍ਰਾਂਡਡ ਬੁਆਏ ਦੇਖੋ ਆਓ ਗੱਲਾਂ ਟਿਕਾਣੇ ਗੱਲਾਂ ਟਿਕਾਣੇ ਗੁਰਵੀਰ ਤਾਲੀ ਯਾਰ ਮਨਪ੍ਰੀਤ ਬਰਾੜ ਆਓ ਗੁਰਦੀਪ ਗਿੱਲ ਧੰਨਵਾਦ ਹੈ ਸਾਰੇ ਵੀਰਾਂ ਦਾ ਅੱਜ ਦੇ ਕੱਪ ਲਈ ਬਹੁਤ ਵੱਡੀ ਸਪੋਰਟ ਆਓ ਸਾਹਮਣੇ ਭਾਊ ਦਾ ਚੇਲਾ ਸੰਧੂਆ ਦੂਜੇ ਬੰਦੇ ਸਰਪੰਚ ਉਹ ਸਰਪੰਚ ਚਿੰਬੜ ਗਿਆ ਓਏ ਕਿ ਲੈ ਲਾ ਤੂੰ ਸਰਪੰਚੀ ਓਏ ਆਪਾਂ ਪਿੰਡ ਦੇ ਕੰਮ ਕਰਾਵਾਂਗੇ ਲੈ ਲਾ ਤੂੰ ਸਰਪੰਚੀ ਆਪਾਂ ਟਰੇਲੇ ਦੀ ਧਰਤੀ ਤੇ ਗਿਣ ਗਿਣ ਕੇ ਜਫੇ ਲਾਵਾਂਗੇ ਗਿਣ ਗਿਣ ਕੇ ਜਫੇ ਲਾਵਾਂਗੇ ਇੱਕ ਪਾਸੇ ਬੰਦਾ ਉਹ ਦੂਜੇ ਪਾਸੇ ਯਾਦਾ ਸਰਪੰਚ ਹੈ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਆਏ ਜੁਰਮਾ ਵਾਲਾ ਇਹ ਆ ਬਿੱਲਾ ਨੰਬਰ ਆਪਣੀ ਟੀਮ ਨੇ ਜੋੜ ਗਿਆ ਛੇੜ ਕਹਾਣੀ ਉਹ ਸਵਰਨਿਆ ਹਾਂ ਮਨਜੋਤ ਮੇਰੇ ਵੀਰੋ ਮਾਛੀ ਬੜਾ ਸਾਹਿਬ ਦੀ ਧਰਤੀ ਦਾ ਬੇਨਤੀ ਆ ਜਾ ਜਿਹੜੇ ਵਾਧੂ ਹੈ ਨਾ ਪਿੱਛੇ ਤੋਂ ਚੰਗਾ ਨਹੀਂ ਲੱਗਦਾ ਆਹ ਦੇਖੋ ਕਿਹਦੀ ਤਕੜੀ ਫਾਈਟ ਹੈ ਔਰ ਕਿੰਨੇ ਚੋਟੀ ਦੇ ਜੱਫੇ ਕਿੰਨੀਆਂ ਤਕੜੀਆਂ ਕਬੱਡੀਆਂ ਪੈਂਦੀਆਂ ਐਨ ਸਿਰਾ ਹੋਇਆ ਪਿਆ ਇੱਧਰ ਗੜੀ ਵਾਲਾ ਜੱਟ ਔਰ ਦੂਸਰੇ ਬੰਨੇ ਮਾਛੀ ਬਾੜਾ ਸਾਹਿਬ ਦਾ ਮਨਜੋਤ ਨੰਬਰ ਦਾ ਸ਼ਾਨਦਾਰ ਬਾਦ ਆਪਣੀ ਟੀਮ ਵਾਸਤੇ ਕਰਦਾ ਹੈ ਦਿਲ ਆਜ਼ਾਦ ਵਾਲਾ ਦਾ ਵੀ ਧੱਕ ਧੱਕ ਕਰਦਾ ਤੇ ਦਿਲ ਮੀਰੀ ਪੀਰੀ ਵਾਲਾ ਦਾ ਵੀ ਧੱਕ ਧੱਕ ਕਰਦਾ ਗੁਰਮੀਤ ਸ਼ੋਕਰ ਵੀਰਿਆ ਪ੍ਰਧਾਨ ਹੈ ਨੈਸ਼ਨਲ ਕਬੱਡੀ ਫੈਡਰੇਸ਼ਨ ਦਾ ਧਰਤੀ ਨਾਲ ਜੁੜ ਕੇ ਰਹਿਣ ਵਾਲਾ ਇਨਸਾਨ ਹੈ ਯਾਰਾਂ ਦਾ ਯਾਰ ਹੈ ਆਓ ਕੌਡੀ ਪੈ ਗਈ ਆਓ ਕੌਡੀ ਪੈ ਗਈ ਤੇ ਸਾਜੀ ਦੀ ਪਾਲਾ ਇੱਕ ਪਾਸੇ ਸੋਨੀ ਤੇ ਉਹ ਕਹਿੰਦੇ ਸੀਹਾਂ ਦੌਦ ਵਾਲਾ ਤੇ ਦੂਜੇ ਪਾਸੇ ਸ਼ਾਕਰਪੁਰੀਆ ਪੈਰਾਂ ਚ ਮੁੰਡੇ ਦੇ ਭੁਚਾਲ ਸਹਿਕਦੇ ਆ ਉੱਡਣਾ ਸੱਪ ਕਬੱਡੀ ਦਾ ਉਹ ਬੱਲੇ 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 ਹਾਂ ਆਓ ਸ਼ਾਕਰਪੁਰੀਆ ਨੰਬਰ ਆਪਣੀ ਟੀਮ ਲਈ ਜੋੜ ਗਿਆ ਸਾਹਮਣੇ ਛੇੜ ਕਹਾਣੀ ਸਾਹਮਣੇ ਮੇਸ਼ੀ ਹਰਖੋ ਵਾਲੀਆ ਕੌਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਤੇ ਦੂਜੇ ਪਾਸੇ ਤੱਕਾਂਗੇ ਸੁਖਰਾਜ ਰਮਾਣਾ ਤੇ ਮੌਂਟੀ ਬੈਣੀ ਬਲ ਭਰਾ ਸਾਡੇ ਵੱਡੀਆਂ ਡਿਊਟੀਆਂ ਵੱਡਾ ਉਹਨਾਂ ਦਾ ਵੀ ਓਨਾ ਹੀ ਜ਼ੋਰ ਲੱਗਿਆ ਪਿਆ ਜਿੰਨਾ ਖਿਡਾਰੀਆਂ ਦਾ ਸਵਾਰ ਰਿਹਾ ਚੋਹਦਾ ਝੁੱਟੀ ਵੀ ਕਦੇ ਪਾਣੀ ਦੀ ਘੁੱਟ ਪੀ ਲੈਂਦਾ ਕਦੇ ਖਿਡਾਰੀਆਂ ਨੂੰ ਪਲਾ ਦਿੰਦਾ ਆਓ ਪੰਜਾਬ ਦੀ ਸ਼ਹਿਰ ਕਰਕੇ ਆਇਆ ਛੇੜ ਕਹਾਣੀ ਕਿਹੜਾ ਕਿਉਂਕਿ ਵੱਡਾ ਮੈਚ ਹੈ ਮੇਰੇ ਵੀ ਵੱਡੇ ਸੁਪਰ ਸਟਾਰ ਪੁੱਜਿਆ ਵੱਡੇ ਸਟਾਰ ਖੇਲਦੇ ਆ ਆਓ ਦੇਖੋ ਇੱਕ ਬੰਨੇ ਬਲਵੀਰ ਸਿੰਘ ਪਾਲਾ ਉਹ ਜਲਾਲਪੁਰੀਆ ਕਲੋਜ ਫਾਈਟਰ ਦੇ ਦੂਜੇ ਬੰਨੇ ਆਹ ਧਲੌਲੇ ਵਾਲਾ ਕਾਲਾ ਕਿ ਸੁਣ ਕਾਲਿਆ ਧਲੌਲੇ ਪਿੰਡ ਵਾਲਿਆ ਮੁੱਲ ਤੈਨੂੰ ਪੈਣਾ ਚੜਨਾ ਵੀ ਕਿ ਜੌਲੇ ਸਕੀਮਾਂ ਤੈਨੂੰ ਦੱਸੀਆਂ ਉਹ ਕਿੱਥੇ ਕਿੱਥੇ ਟੱਚ ਮਾਰਨਾ ਪਰ ਸਾਹਮਣੇ ਬੁਲਟ ਹੈ ਖੀਰਾ ਬਾਲ ਦੀ ਧਰਤੀ ਦਾ ਮੇਰੇ ਵੀਰੋ ਆਹ ਥਾਰਾ ਦਾ ਜੇ ਤੂੰ ਸਮੇਂ ਕਬੱਡੀ ਪਾਉਣ ਲਈ ਬਣਿਆ ਹੋਇਆ ਚਿੱਟੀ ਵਾਲਾ ਚੇਤਕ ਬ੍ਰਾਂਡਡ ਬਾਏ ਦੇ ਖਿਤਾਬ ਵੀ ਮਿਲੇ ਪਰ ਆਹ ਬੁਲਟ ਹੈ ਖੀਰਾ ਵਾਲੀ ਹੈ ਓਏ ਉਹਨਾਂ ਨੇ ਕਾਲਾ ਫੇਰ ਮੋੜਤਾ ਉਹਨਾਂ ਨੇ ਕਾਲਾ ਫੇਰ ਮੋੜਤਾ ਉਹ ਸੋਨੀਆ ਉਹ ਪਾਲਿਆ ਉਹਨਾਂ ਨੇ ਧਨੌਲੇ ਵਾਲਾ ਕਾਲਾ ਕਾਲਾ ਫੇਰ ਮੋੜਤਾ
ਕਿ ਕੌਡੀਆਂ ਦੋ ਦੋ ਪਾ ਦੇ ਓਏ, ਮਸਲਾ ਜਿੱਤ ਦੜ ਗਿਆ ਓਏ ਕਾਲਿਆ, ਦੋ ਦੋ ਕੌਡੀਆਂ ਪਾ ਦੇ, ਮਸਲਾ ਜਿੱਤ ਤੇ ਅੜ ਗਿਆ ਓਏ ਕਾਲਿਆ, ਦੋ ਦੋ ਕੌਡੀਆਂ ਪਾ ਦੇ, ਛੇੜ ਕਾਣੀ ਸਵਰਨੇ ਆ ਮਸਲਾ ਜਿੱਤਾਂ ਹਾਰਾਂ ਨਾ ਮੇਰੇ ਵੀਰੋ ਮੈਚ ਖੜਕਿਆ ਹੋਇਆ, ਆਹ ਮੇਲਾ ਜੰਗ ਵਾਲਿਆਂ ਦਾ ਚੱਲਦਾ ਕਿ ਯੰਗ ਕਬੱਡੀ ਵਾਲੇ ਮੁੰਡੇ ਵੇਖ ਲੋ, ਉਹ ਮੁੰਡੇ ਸ਼ੌਕ ਪਗਾਉਂਦੇ ਨੇ, ਦਸਾਂ ਨਹਾਂ ਦੀ ਕਿਰਤ ਕਮਾਈ, ਉਹ ਕਬੱਡੀ ਉੱਤੇ ਲਾਉਂਦੇ ਨੇ ਖਰੇ ਖੋਟੇ ਦੀ ਪਰਖੇ ਨਾਲੋਂ ਕਰਦੇ ਗੱਲ ਟਣਕਾ ਕੇ, ਔਰ ਰਾਜੇ ਖੇਲੇ ਸੱਚੇ ਸੱਜਣਾ, ਉਹ ਮਿਲਦੇ ਜਫੀਆਂ ਪਾ ਕੇ, ਰਾਜੇ ਖੇਲੇ ਸੱਚੇ ਸੱਜਣ, ਮਿਲਦੇ ਜਫੀਆਂ ਪਾ ਕੇ, ਸ਼ਕਰਪੁਰੀਆ ਸਾਜੀ ਹੈ ਕੌਡੀ ਪਾ ਕੇ ਵਾਪਸ ਆਇਆ, ਆਓ ਵੇਖਾਂਗੇ ਉਧਰੋਂ ਕਹਿੰਦੇ ਕੈਰੀਅਰ ਲਾਂਚ ਵਾਲੇ, ਉਹ ਵੀ ਮੇਨ ਸਪਾਂਸਰ ਹੈ ਰੋਡ ਸਾਈਡ ਟਰਾਂਸਪੋਰਟ ਵਾਲੇ, ਜਬ ਅਕਾਊਂਟੈਂਟ ਸਾਡੀ ਭੈਣ ਅਮਿਤ ਦਿਆਲ ਜੋ ਧਰਮਪਤਨੀ ਰਿੱਕੀ ਡਾਲਰਾਂ ਦੇ, ਉਹਨਾਂ ਦਾ ਵੱਡਾ ਯੋਗਦਾਨ, ਆਓ ਇੱਕ ਪਾਸੇ ਮੇਸ਼ੀ ਹੱਕ ਵਾਲੀਆ ਤੇ ਦੂਜੇ ਪਾਸੇ ਜੱਟ ਟਰਾਈ ਕਰਦਾ ਹੋਇਆ, ਜਿੱਥੇ ਕਹਿੰਦੇ ਨਿਰਮਲ ਆ ਨਿੰਮਾ ਕਪੂਰੇ ਵਾਲਾ ਜੀ ਐਸ ਐਸ ਟਾਇਰ ਵਾਲੇ, ਉੱਥੇ ਸਾਡੇ ਓਕ ਗਾਰਡਨ ਵਾਲੇ ਬਿੰਡ ਸਪਲਾਈ ਵਾਲੇ ਭਰਾਵਾਂ ਦਾ, ਤੇ ਨਾਲ ਸਾਡੇ ਰੋਮੀ ਦੇ ਹੈਪੀ ਵੁੱਡ ਬਿੱਲ ਫੈਂਸਿੰਗ ਵਾਲੇ, ਐਲ ਬੀ ਕੰਕਰੀਟ ਵਾਲੇ, ਵੁੱਡ ਨਿਊਜ਼ ਰੀਅਲ ਆਪਰੇਟ ਵਾਲੇ, ਇਹਨਾਂ ਭਰਾਵਾਂ ਦਾ ਅੱਜ ਦੇ ਕਬੱਡੀ ਕੱਪ ਲਈ ਬਹੁਤ ਵੱਡਾ ਯੋਗਦਾਨ ਹੈ। ਉੱਥੇ ਰੋਡ ਆ ਉੱਥੇ ਫਰੈਂਡਜ਼ ਲੀਗਲ ਵਾਲੇ, ਆ ਰੂਪੀ ਟਰਾਂਸਪੋਰਟ ਵਾਲਾ ਸਾਡਾ ਪਾਣਜਾ ਰੁਪਿੰਦਰ ਧੂਰੇ ਵਾਲਾ, ਰੁਪਿੰਦਰ ਲਟੌਲ ਵਾਲਾ, ਉਹਨਾਂ ਦਾ ਵੱਡਾ ਯੋਗਦਾਨ ਆ ਸਾਰੇ ਆ ਛੇੜ ਕਾਣੀ ਕੇ ਰਾਹ ਸਾਹਮਣੇ ਮਨਜੋਤ ਮੇਰੇ ਵੀ ਉਹ ਮਾਛੀ ਵਾਲੇ ਸਾਹਿਬ ਦੀ ਧਰਤੀ ਦਾ ਨੰਬਰ ਦਾ ਸ਼ਾਨਦਾਰ ਵਾਧਾ ਕਰਦਾ ਹੋਇਆ, ਉੱਧਰ ਗੁੱਡ ਨਿਊਜ਼ ਵਾਲੇ ਆਓ ਸਾਡੇ ਵੀਰ ਗੈਰੀ ਬਾਈ ਪੁੱਜੇ ਆ, ਉਹਨਾਂ ਦਾ ਵੀ ਦਿਲੋਂ ਧੰਨਵਾਦ ਮੇਨ ਸਪੌਂਸਰ ਦੇ ਅੱਜ ਦੇ ਕੱਪ ਦੇ, ਤੇ ਨਾਲ ਸਾਡਾ ਸੋਨੂ ਢਿੱਲੋਂ ਉਹ ਢਿੱਲੋਂ ਪ੍ਰਾਈਵੇਟ ਲਿਮਟਡ ਵਾਲੇ, ਉਹਨਾਂ ਦਾ ਵੀ ਧੰਨਵਾਦ। ਆਓ ਸਾਹਮਣੇ ਕਿਹੜੇ ਅਜਮੇਰ ਸਿੰਘ ਸੰਧੂ ਦਾ ਪੁੱਤ ਮੇਰੇ ਵੀਰੋ, ਇਹਦੇ ਫਾਦਰ ਸਾਹਿਬ ਨੇ ਉਹ 21-22 ਸਾਲ ਭਾਰਤੀ ਫੌਜ ਦੀ ਸੇਵਾ ਕੀਤੀ ਹੈ, ਤੇ ਪੁੱਤ ਕਹਿੰਦੇ ਕਬੱਡੀ ਦਾ ਮੇਰੇ ਵੀ ਉਸਤਾਦ ਹੈ, ਇਹ ਅਜਮੇਰ ਸਿੰਘ ਸੰਧੂ ਫੌਜੀ ਦਾ ਪੁੱਤ, ਨੰਬਰ ਦਾ ਸ਼ਾਨਦਾਰ ਵਾਧਾ। ਆ ਹੈ ਬਾਬੇ ਤਰਸੇਮ ਸਿੰਘ ਭੰਡਾਲ ਦਾ ਪੋਤਾ ਓਏ ਸੰਧੂਆ, ਕਹਿੰਦੇ ਤਰਸੇਮ ਸਿੰਘ ਭੰਡਾਲ ਦਾ ਪੋਤਾ, ਉਹ ਕਹਿੰਦੇ ਤਾਊ ਛੇੜ ਲਿਆ ਓਏ, ਉਹ ਨਿਊਜ਼ੀਲੈਂਡ ਵਾਲਾ ਤਾਊ ਛੇੜ ਲਿਆ, ਸਰਦਾਰ ਬਜਿੰਦਰ ਸਿੰਘ ਜੀ ਬਾਸੀ ਸਾਹਿਬ, ਉਹ ਦੇਖੋ ਨਿਊਜ਼ੀਲੈਂਡ ਵਾਲਾ ਤਾਊ ਬੁੱਟ ਨੇ ਛੇੜ ਲਿਆ, ਦੁੱਖ ਦੁੱਖ ਦੁੱਗ 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 ਤੱਟਤਾ ਚਲਾ ਫਰ ਨੰਬਰ ਰੇਡਰ ਦਾ, ਤੇ ਪਹਿਲਾਂ ਕਹਿੰਦੇ ਹੱਥ ਲਾ ਗਿਆ ਵੋਟ ਦੇ ਪਿੱਛੋਂ ਬਾਹਰ ਨਿਕਲਿਆ ਢੇਰੀਆਂ ਤੋਂ ਛੇੜ ਕਾਣੀ ਗਿਰਾ। ਆਹ ਸਾਹਮਣੇ ਸਹਿਜਾਦ ਅਲੀ ਮੇਰੇ ਵੀਰੋ, ਲੁੱਕ ਸੋਹਣੀ ਹੈ ਮੁੰਡੇ ਦੀ, ਦੇਖ ਸੋਹਣੀ ਹੈ ਤੇ ਖੇਡਦੀਆਂ ਸਿਫਤਾਂ ਉਹ ਪੂਰਾ ਜਹਾਨ ਕਰਦਾ ਹੈ, ਇਹ ਹੈ ਕਹਿੰਦੇ ਹਾਜੀ ਪਰਿਵਾਰ ਦਾ ਮੇਰੇ ਵੀਰੋ ਸਹਿਜਾਦ ਅਲੀ ਸ਼ਕਰਪੁਰੀਆ, ਆਹ ਜਨਾਬ ਹਾਜੀ ਸਮਾਨ ਦਾ ਪੋਤਰਾ, ਔਰ ਦੂਸਰੇ ਬੜੇ ਆਉਂਦੇ ਪਰਿਵਾਰ ਦਾ, ਸਰਪੰਚ ਪੰਚਾ ਉੱਠੋ ਸਾਜੀਆ, ਉੱਠੋ ਸਰਪੰਚਾ, ਡੰਬਰੇ ਦਾ ਸਾਜੀ ਦਾ ਹਰਖੋ ਵਾਲੀਆ ਮੇਸ਼ੀ ਕੌਡੀ ਪਾਉਂਦਾ, ਸੱਤੀਵੇਂ ਸਿੱਖ ਖੇਡਾਂ ਦਾ, ਆਓ ਮੇਰੇ ਵੀਰੋ ਮਾਂ ਖੇਡ ਕਬੱਡੀ ਦਾ ਬੈਸਟ ਰੇਡਰ ਤੁਹਾਡੇ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ, ਪਰ ਦੂਜੇ ਪਾਸੇ ਡਬਲ ਟੱਚ ਦਾ ਇਸ਼ਾਰਾ ਡੰਬਰ ਰੇਡਰ ਦੇ ਕਬਜ਼ੇ ਦੇ ਵਿੱਚ ਹੈ, ਆਓ ਸੋਹਣਿਆ ਆਓ ਕਾਲਿਆ ਪਾ ਕਬੱਡੀ ਸਵਰਨਿਆ ਸਰਦਾਰ ਅਜਮੇਰ ਸਿੰਘ ਜੀ, ਤੇ ਆਓ ਵੇਖਾਂਗੇ ਆਓ ਮਾਂ ਖੇਡ ਕਬੱਡੀ ਦਾ ਵੱਡਾ ਮਲ ਕੌਡੀ ਪਾਉਣ ਦੇ ਲਈ ਅੱਗੇ ਧਨੌਲੇ ਵਾਲਾ ਕਾਲਾ ਮੇਰੇ ਵੀ ਉਹ ਸੁਖਜੀਤ ਸਿੰਘ ਨਾਂ ਹੈ ਮੁੰਡੇ ਦਾ, ਸੁਖਜੀਤ ਸੁਖਜਿੰਦਰ ਸਿੰਘ ਕਾਲਾ, ਉਹ ਕਹਿੰਦੇ ਧਨੌਲੇ ਵਾਲਾ ਸਨੇ ਸੰਧੂ ਪਰਿਵਾਰ ਦਾ ਕਬੱਡੀ ਪਾਉਣ ਲਈ ਖੇਡ ਮੈਦਾਨ ਚ ਵਧਿਆ ਹੋਇਆ, ਔਰ ਦੂਸਰੇ ਬੰਨੇ ਦੇਖਾਂਗੇ
ਕੇਸ ਨਹੀਂ ਨਹੀਂ ਕੋਈ ਸਮਾਰੇ ਵਾਲੇ ਆਹ ਕਿਨੇ ਪਾਰਖੂ ਅੱਖ ਦੇ ਨਾਲ ਬਹੁਤ ਸਾਰੇ ਫੈਸਲੇ ਕਰਦੇ ਹੋਏ ਉਧਰ ਕਿਨੇ ਸਰਦਾਰ ਚੂਰ ਸਿੰਘ ਜੀ ਪਾਂਗਲੀ ਸਾਹਿਬਰਾਂ ਨੂੰ ਚਿੱਟੀ ਵਾਲੇ ਜੱਗੇ ਦੀ ਖੇਡ ਤੇ ਮਾਣ ਹੈ ਲਓ ਦੇਖਾਂਗੇ ਚਿੱਟੀ ਵਾਲਾ ਜੱਗਾ ਸਾਡੇ ਚੂਰ ਸਿੰਘ ਜੀ ਚਾਰਲੀ ਸਾਹਿਬ ਸਾਡੇ ਚੂਰ ਸਿੰਘ ਜੀ ਚਾਰਲੀ ਸਾਹਿਬ ਉਹਨਾਂ ਨੂੰ ਕਹਿੰਦੇ ਜੱਗੇ ਦੀ ਖੇਡ ਦੇ ਮਾਣ ਹੈ ਆਹ ਕਹਿੰਦੇ ਕਬੱਡੀ ਬੋਰਡ ਦੇ ਲਈ ਉੜੂ ਉੜੂ ਕਰਦੀ ਜਵਾਨੀ ਇੱਕ ਪਾਸੇ ਬਿੱਲਾ ਅੱਗੇ ਵੱਲ ਵੱਧਦਾ ਹੋਇਆ ਗਿੰਨੀ ਮਹਿਮਦ ਮਰ ਗਿਆ ਇਹ ਚੋਤੇ ਦਾ ਕਰਾਈਆਂ ਇੱਕ ਪਾਸੇ ਗਿੰਨੀ ਤੇ ਦੂਜੇ ਪਾਸੇ ਸੌ ਜਾ ਬੱਬੂ ਆ ਮਾਣੋ ਬਿੱਲੀ ਆਈ ਹੈ ਅੱਜ ਮਾਣੋ ਬਿੱਲੀ ਨਹੀਂ ਆਈ ਅੱਜ ਗੁਰਮਾ ਵਾਲਾ ਬਿੱਲਾ ਆਇਆ ਮੈਚ ਮੈਨੂੰ ਲੱਗਦਾ ਸਵਰਨਿਆ ਮੁੱਕ ਗਿਆ ਹੋ ਗਿਆ ਹੁਣ ਧੱਕ ਧੱਕ ਦਿਲ ਕਰਦੇ ਨੇ ਕਿ ਰਿਜ਼ਲਟ ਕੀ ਹੈ ਦੋਨੋਂ ਟੀਮਾਂ ਅਗਲੀਆਂ ਟੀਮਾਂ ਨੂੰ ਬੇਨਤੀ ਆ ਕਿਰਪਾ ਕਰਕੇ ਦੋਨੇ ਟੀਮਾਂ ਗਲੇਡੀਏਟਰ ਕਬੱਡੀ ਕਲੱਬ ਪਰਸ ਵਰਸ ਨੈਸ਼ਨਲ ਰੈਸਲਿੰਗ ਕਬੱਡੀ ਅਕੈਡਮੀ ਮੈਲਬੌਰਨ ਇਹ ਟੀਮਾਂ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆ ਜਾਣ ਲਵੀ ਗਿੱਲੋ ਲਿਆਓ ਟੀਮ ਨੂੰ ਮੁੰਡੇ ਉਹ ਗਿੱਲਾਂ ਦੇ ਮੁੰਡੇ ਆਏ ਹੋਏ ਆ ਪਰਸ ਤੋਂ ਅੱਜ ਧੰਨਵਾਦ ਆ ਸਾਰਿਆਂ ਦਾ ਇਹਨੇ ਰਿਜ਼ਲਟ ਦਾ ਫੈਸਲਾ ਹੋ ਰਿਹਾ ਮੈਂ ਜਿਹੜੇ ਮੇਨ ਸਪਾਂਸਰ ਹੈ ਸਾਡੇ ਅੱਜ ਦੇ ਕੱਪ ਦੇ ਉਹਨਾਂ ਦਾ ਮੈਂ ਜ਼ਿਕਰ ਕਰਨ ਲੱਗੇ ਹਾਂ ਬਲ ਇਨ ਕਾਰਪੋਰੇਸ਼ਨ ਵਾਲੇ ਸਰਦਾਰ ਮੋਹਨਵੀਰ ਸਿੰਘ ਜੀ ਬਲ ਮੇਰੇ ਵੀਰੋ ਬਾਬੇ ਨਾਨਕ ਦੀ ਜਿਹੜੇ ਪਰਿਵਾਰ ਤੇ ਕਿਰਪਾ ਹੈ ਜਿਹੜਾ ਮੁੰਡਾ ਧਰਤੀ ਨਾਲ ਜੁੜ ਕੇ ਚੱਲਦਾ ਵੱਡੇ ਕਾਰੋਬਾਰ ਨੇ ਦਿਲਾਵਰ ਸਿੰਘ ਜੀ ਬਲਰਾਂ ਦਾ ਵੀਰ ਹੈ ਪੁੱਤ ਹੈ ਸਰਦਾਰ ਅਵਤਾਰ ਸਿੰਘ ਜੀ ਸਵਰਗੀ ਬਲ ਸਾਹਿਬਰਾਂ ਦਾ ਮੇਰੇ ਵੀਰੋ ਆਹ ਬਲ ਇਨ ਕਾਰਪੋਰੇਸ਼ਨ ਦਾ ਵੱਡਾ ਯੋਗਦਾਨ ਸਿੱਧੂ ਫੈਮਿਲੀ ਹੋਮ ਜਵਾਨਾਂ ਦਾ ਬਾਈ ਸੁਰਿੰਦਰ ਸਿੱਧੂ ਦਾ ਬਾਈ ਗੁਰਪ੍ਰੀਤ ਗਿੱਲ ਦਾ ਵੱਡਾ ਯੋਗਦਾਨ ਹੈ ਪੈਨ ਬੈਕ ਗਰੁੱਪ ਵਾਲੇ ਬਾਈ ਰੁਪਿੰਦਰ ਬਰਾੜ ਹੈ ਯਾਰਾਂ ਦਾ ਯਾਰ ਸਰਬਜੋਤ ਢਿੱਲੋਂ ਜੋ ਸਿੱਖ ਗੇਮਾਂ ਦੀ ਮੇਨ